ਤੇ ਇੱਥੋਂ ਜੀ ਆਪਾਂ ਜੇ ਇੰਨਾ ਚਾਰਾ ਵੱਢ ਕੇ ਲੈ ਜਾਣਾ, ਕੱਲ੍ਹ ਇਸ ਜਗ੍ਹਾ ਤੋਂ ਮੈਂ ਕੱਟ ਕੇ ਲੈ ਗਿਆ ਸੀ, ਇੰਨਾ ਅੰਕਲ ਹੋਰਾਂ ਦਾ ਹੀ ਹੈ। ਤੇ ਸ਼ੇਰੂ ਸ਼ੌਕ ਨਾਲ ਆਪਣਾ ਚਾਰਾ ਖਾ ਰਿਹਾ ਹੈਗਾ, ਮਾਸ਼ਾਅੱਲਾ ਸਾਡਾ ਕਿਊਟ ਕਿਊਟ ਸ਼ੇਰੂ। ਕੁਰਾਨੇ ਪਾਕ ਦਾ ਸਬਕ ਪੜ੍ਹਨ ਜਾਵਣ ਲੱਗੇ ਨੇਗੇ ਨੂਰ। ਬਿਸਮਿਲ੍ਲਾਹਿ ਰਹਿਮਾਨ ਰਹੀਮ। ਅਸਲਾਮ ਅਲੈਕੁਮ ਜੀ, ਕੀ ਹਾਲ ਚਾਲ ਨੇ ਸਰ? ਦੇਖਣ ਨਾਲ ਤਮਾਮ ਭੈਣ ਭਾਈਆਂ ਦਾ ਅਸੀਂ ਮਿਹਨਤ ਕਰਨਾ ਸਰ, ਦੇਖਣ ਨਾਲ ਤਮਾਮ ਭੈਣ ਭਾਈ ਬਿਲਕੁਲ ਠੀਕ ਠਾਕ ਹੋਣਗੇ, ਅਤੇ ਅਲਹਮਦੁਲਿਲਾ ਜੀ ਅਸੀਂ ਬਿਲਕੁਲ ਠੀਕ ਠਾਕ ਆ ਗਏ। ਅਤੇ ਆਪਣਾ ਜੀ ਅੱਜ ਦਾ ਵਲਾਗ ਬੜਾ ਇੰਟਰਸਟਿੰਗ ਹੋਣ ਵਾਲਾ ਸੀ, ਸ਼ੁਰੂ ਤੋਂ ਲੱਗ ਕੇ ਐਂਡ ਤੱਕ ਮੁਕੰਮਲ ਵਾਚ ਕਰਨਾ, ਕਿਉਂਕਿ ਅੱਜ ਸੁਬਹਾ ਸੁਬਹਾ ਹੀ ਮੈਂ ਵਲਾਗ ਸ਼ੁਰੂ ਕਰ ਰਿਹਾ ਹੈਗਾ, ਕਿਉਂਕਿ ਠੰਡੇ ਠੰਡੇ ਟਾਈਮ ਜੇ ਨਾ ਵੀਡੀਓ ਠੀਕ ਬਣ ਜਾਂਦੀ ਹੈਗੀ। ਜਦੋਂ ਦੁਪਹਿਰ ਟਾਈਮ ਹੁੰਦਾ ਨਾ, ਜਦੋਂ ਸੂਰਜ ਨਿਕਲਿਆ ਹੁੰਦਾ, ਉਦੋਂ ਫਿਰ ਸੂਰਜ ਦੀ ਗਰਮੀ ਦੀ ਵਜ੍ਹਾ ਤੋਂ ਨਾ ਫੋਨ ਜਿਹੜਾ ਹੀਟ ਅਪ ਹੋ ਜਾਂਦਾ, ਜਿਸ ਵਜ੍ਹਾ ਤੋਂ ਵਲਾਗ ਨਹੀਂ ਬਣ ਪਾਉਂਦਾ ਹੈਗਾ। ਕੱਲ੍ਹ ਸਾਰਾ ਦਿਨ ਮੈਂ ਵਲਾਗ ਨਹੀਂ ਬਣਾਇਆ ਗਰਮੀ ਦੀ ਵਜ੍ਹਾ ਤੋਂ ਹੀ, ਕਿਉਂਕਿ ਸੁਬਹਾ ਮੈਂ ਲੇਟ ਤੱਕ ਸੌਂਦਾ ਰਹਿੰਦਾ ਸੀਗਾ, ਅਤੇ ਰਾਤ ਨੂੰ ਮੈਨੂੰ ਫਿਰ ਲੇਟ ਤੱਕ ਜਾਗਣਾ ਹੀ ਪੈਂਦਾ ਸੀਗਾ, ਕਿਉਂਕਿ ਉਹ ਕਿਸ ਵਜ੍ਹਾ ਤੋਂ ਵਲਾਗ ਅਪਲੋਡ ਹੀ ਨਹੀਂ ਹੁੰਦਾ ਸੀ, ਸੈਕਿੰਡ ਟਾਈਮ ਵਲਾਗ ਬਣਾਉਂਦਾ ਸੀਗਾ। ਅਤੇ ਮਾਸ਼ਾਅੱਲਾ ਸੁਬਹਾ ਸੁਬਹਾ ਸੂਰਜ ਨਿਕਲਣ ਲੱਗਿਆ ਹੈਗਾ, ਅਤੇ ਸਨੈਣ ਹੋਈ ਕੁਰਾਨੇ ਪਾਕ ਦਾ ਸਬਕ ਪੜ੍ਹਨ ਜਾਵਣ ਲੱਗੇ ਨੇਗੇ ਨੂਰ ਉਹਨਾਂ ਦੀ ਸਹੇਲੀਆਂ ਵੀ ਆ ਗਈਆਂ ਨੇਗੀਆਂ ਇਹਨਾਂ ਨੂੰ ਬੁਲਾਉਣ। ਅਤੇ ਉੱਧਰ ਮੈਂ ਸੁਬਹਾ ਸੁਬਹਾ ਜਾਣ ਲੱਗਿਆ ਆ ਗਿਆ ਆਪਣੇ ਸ਼ੇਰੂ ਲਈ ਚਾਰਾ ਲਵਣ, ਕਿਉਂਕਿ ਠੰਡਾ ਠੰਡਾ ਟਾਈਮ ਹੈ, ਇਸ ਟਾਈਮ ਗਰਮੀ ਨਹੀਂ ਲੱਗੇਗੀ, ਫਿਰ ਜਦੋਂ ਦੁਪਹਿਰ ਟਾਈਮ ਜਾਈਦਾ ਹੈ ਨਾ, ਬਹੁਤ ਜ਼ਿਆਦਾ ਗਰਮੀ ਲੱਗਦੀ ਹੈਗੀ। ਅਤੇ ਇੱਥੇ ਸਾਹਮਣੇ ਇੰਨਾ ਚਾਰਾ ਲਿਆ ਹੋਇਆ ਹੈਗਾ ਹਰਾ ਭਰਾ, ਜਿਹਾ ਤੁਹਾਨੂੰ ਦਿਖਾ ਰਿਹਾ ਸੀਗਾ ਮੱਕੀ ਦਾ, ਉਹ ਚਾਹੇ ਛੋਟਾ ਹੀ ਹੈ ਨਾ, ਉਹਦੀ ਕਟਾਈ ਕਰ ਲੈਂਦੇ, ਉਹਦੇ ਵਿੱਚ ਘਾਸ ਹੀ ਥੱਲੇ ਮਿਕਸ ਹੈਗਾ, ਕੱਲ੍ਹ ਮੈਂ ਕੱਟ ਕੇ ਲਿਆ ਅਤੇ ਸ਼ੇਰੂ ਨੇ ਰੱਜ ਰੱਜ ਕੇ ਖਾਧਾ ਹੈਗਾ, ਉਹ ਇਹਨੇ ਖਤਮ ਕਰਤਾ ਸੀ ਕੱਲ੍ਹ ਸੈਕਿੰਡ ਟਾਈਮ ਮੈਂ ਲਿਆ ਸੀ ਠੰਡੇ ਠੰਡੇ ਟਾਈਮ ਹੀ। ਅਤੇ ਹੁਣ ਇਹਦੇ ਲਈ ਨਾ ਹੋਰ ਲੈ ਆਉਂਦੇ ਹਾਂਗੇ, ਅਮੀ ਜਾਣ ਜੇ ਸੁਬਹਾ ਸੁਬਹਾ ਜੇ ਨਾ ਸੋਤਾਂ ਵਗੈਰਾ ਲੇਟ ਲੀਆਂ ਨੇਗੀਆਂ, ਉਸ ਤੋਂ ਬਾਅਦ ਮੰਜੇ ਵਗੈਰਾ ਚੱਕ ਲਵਾਂਗੇ ਜਿਵੇਂ ਧੁੱਪ ਨਿਕਲਣੀ ਨੇ, ਕਿਉਂਕਿ ਧੁੱਪ ਦੇ ਉੱਤੇ ਮੰਜੇ ਪਏ ਹੋਏ, ਇਹਦੇ ਆਵਾਨ ਹੁੰਦਾ ਨਾ ਬੂਥਾ ਹੋ ਜਾਂਦਾ ਹੈਗਾ। ਅਤੇ ਹੁਣ ਫਿਰ 10 ਹੀ ਛਿਗੜੀ ਚੱਕਣਾ ਆ ਗਿਆ, ਮੈਂ ਚੱਲਣਾ ਆ ਗਿਆ ਚੱਲ ਕੇ ਨਾ ਚਾਰਾ ਬਣਾ ਲਿਆ ਗਿਆ ਸ਼ੇਰੂ ਲਈ, ਪਹਿਲੇ ਬਾਕੀ ਕੰਮ ਬਾਅਦ ਵਿੱਚ ਕਰਾਂਗੇ, ਕਿਉਂਕਿ ਸ਼ੇਰੂ ਦੀ ਥੱਲੋਂ ਸਫਾਈ ਵਗੈਰਾ ਵੀ ਕਰਨੀ, ਥੱਲੇ ਕਾਫੀ ਗੰਦ ਮਚਾਇਆ, ਇਹਨੂੰ ਨਵਾਉਣਾ ਵੀ ਹੈਗਾ ਅੱਜ। ਉਦੋਂ ਆਂਧੀ ਦੀ ਵਜ੍ਹਾ ਤੋਂ ਨਾ ਇਹਦੀ ਬਹੁਤ ਬੁਰੀ ਹਾਲਤ ਹੋ ਗਈ, ਤਾਂ ਉਦੋਂ ਮੇਨ ਵਜ੍ਹਾ ਤੁਹਾਨੂੰ ਮੈਂ ਦੱਸ ਦੇਵਾਂ, ਕੱਲ੍ਹ ਵਲਾਗ ਮੈਂ ਕਿਸ ਵਜ੍ਹਾ ਤੋਂ ਨਹੀਂ ਬਣਾ ਪਾਇਆ ਸੀਗਾ, ਕੱਲ੍ਹ ਇੱਕ ਮੇਰਾ ਫੋਨ ਨਹੀਂ ਚਾਰਜ ਸੀਗਾ, ਕਿਉਂਕਿ ਸਾਡੇ ਪਿੰਡ ਦੀ ਨਾ ਬਿਜਲੀ ਜਿਹੜੀ ਖਰਾਬ ਹੋ ਗਈ ਹੈਗੀ, ਆ ਸਾਹਮਣੇ ਦੇਖੋ ਨਾ ਤਾਰਾਂ ਦੇ ਵਿੱਚੋਂ ਟਾਂਕੇ ਜਿਹੇ ਲੱਗੇ ਹੋਏ ਨੇ। ਇਹ ਦਰਅਸਲ ਹੋਇਆ ਕੁਛ ਇਸ ਤਰ੍ਹਾਂ ਸੀਗਾ ਕਿ ਪਰਸੋਂ ਰਾਤ ਨੂੰ ਨਾ ਆਂਧੀ ਆਈ ਹੈਗੀ, ਆਂਧੀ ਦੀ ਵਜ੍ਹਾ ਤੋਂ ਨਾ ਇੱਥੋਂ ਤਾਰਾਂ ਜਿਹੜੀਆਂ ਨੇ ਨਾਲ ਰਲ ਗਈਆਂ ਸੀ, ਇੱਥੇ ਵਿੱਚ ਇੱਕ ਨਾ ਖੰਭਾ ਕੋਈ ਨਹੀਂ ਗਿਰ ਗਿਆ ਸੀਗਾ, ਤੋਂ ਸਾਡੇ ਪਿੰਡ ਦੇ ਜ਼ਮੀਨਦਾਰਾਂ ਦਾ ਉਹ ਬੱਚਾ ਸੀਗਾ, ਅਤੇ ਉਹ ਨਵੀਂ ਨਵੀਂ ਟਰਾਲੀ ਚਲਾਉਣੀ ਸਿੱਖੀ ਸੀ, ਤਾਂ ਉਹਨੇ ਟਰਾਲੀ ਮਾਰੀ ਇਸ ਤਰ੍ਹਾਂ ਦੇ ਖੰਭੇ 'ਚ, ਖੰਭਾ ਉਹਨੇ ਤੋੜਤਾ, ਉਹ ਸੈਂਟਰ 'ਚ ਨਾ ਬੜਾ ਵਾਇਆ ਪੈ ਜਾਂਦਾ, ਕਹਿ ਦੇਖੋ ਅੱਗੇ ਰੋਡ 'ਤੇ ਲੱਗਿਆ ਹੋਇਆ ਖੰਭਾ ਵਿੱਚ ਤਾਰਾਂ ਦੇ ਵਾਇਆ ਜ਼ਿਆਦਾ ਸੀ, ਉਹ ਅਟੈਚ ਹੋਈਆਂ ਨਾਲ, ਅਤੇ ਸਪਾਰਕ ਕਰਕੇ ਨਾ ਸਾਰੀਆਂ ਤਾਰਾਂ ਨੂੰ ਅੱਗ ਲੱਗ ਗਈ ਸੀ, ਫਿਰ ਦੁਬਾਰਾ ਨਾ ਰਿਪੇਅਰ ਕੀਤੀਆਂ, ਕੱਲ੍ਹ ਆ ਤਾਰਾਂ ਜਿਹੜੀਆਂ ਖੋਲ੍ਹ ਕੇ ਉਹਨਾਂ ਨੇ ਦੁਬਾਰਾ ਕੱਸੀਆਂ ਨੇ, ਇੱਥੋਂ ਟੁੱਟ ਗਈਆਂ ਸੀ ਤਾਰਾਂ, ਸਾਹਮਣੇ ਟੁੱਟੀਆਂ ਹਾਲੇ ਤੱਕ ਨਜ਼ਰ ਆ ਰਹੀਆਂ, ਬੜੀਆਂ ਔਖੀਆਂ ਉਹਨਾਂ ਨੇ ਕੱਸੀਆਂ ਨੇ। ਅਤੇ ਬਾਕੀ ਅੱਲਾ ਦਾ ਸ਼ੁਕਰ ਹੈ, ਚਲੋ ਕੱਲ੍ਹ ਚਾਲੂ ਤਾਂ ਹੋ ਗਈ ਨਾ ਬਿਜਲੀ, ਹੁਣ ਫਿਰ ਚੱਲੀਏ ਚੱਲ ਚਾਰਾ ਬਣਾ ਲਈ ਸ਼ੇਰੂ ਲਈ।
ਤੇ ਜਿਹੜਾ ਇਸ ਤਰ੍ਹਾਂ ਛਟਾਲੇ ਵਾਲਾ ਲਿਆ ਸੀ ਨਾ ਚਾਰਾ, ਇਹ ਅਸੀਂ ਹੋਰ ਨਹੀਂ ਕੱਟਣ ਲੱਗਿਆ ਕਿਉਂਕਿ ਨਾ ਸੁੱਕਾ ਸੁੱਕਾ ਜਿਹਾ ਹੋ ਗਿਆ ਹੈਗਾ ਹੁਣ, ਅੱਗੇ ਗਰਮੀ ਆਈ ਨਾ ਅਤੇ ਗਰਮੀ ਦੀ ਵਜ੍ਹਾ ਜ਼ਿਆਦਾ ਸੁੱਕ ਗਿਆ ਹੈਗਾ। ਉਹ ਅਸੀਂ ਉੱਥੇ ਬਸ ਰੋਕਤਾ, ਜਿੰਨਾ ਅਸੀਂ ਕੱਟਿਆ ਸੀਗਾ ਉਹਦੇ ਅਸੀਂ ਪੈਸੇ ਦੇ ਦੇਵਾਂਗੇ, ਅਤੇ ਹੁਣ ਸ਼ੁਰੂ ਲਈ ਹਰਾ ਭਰਾ ਡੇਲੀ ਇੰਨਾ ਚਾਰਾ ਲੈ ਆਇਆ ਕਰਾਂਗੇ। ਇਹ ਉਹਨਾਂ ਦਿਨ ਬਾ ਦਿਨ ਸੁੱਕਦਾ ਜਾ ਰਿਹਾ, ਬਿਲਕੁਲ ਦੇਖੋ ਸੁੱਕਾ ਪਿਆ। ਵਿਚਾਰੇ ਸ਼ੇਰੂ ਨੂੰ ਭੁੱਖ ਲੱਗੀ ਕਰੀ ਸੁਬਹਾ ਸੁਬਹਾ, ਅਤੇ ਉਹ ਇਹਨੂੰ ਖਾ ਰਿਹਾ ਹੈਗਾ। ਇਸ ਵਜ੍ਹਾ ਤੋਂ ਮੈਂ ਜੇ ਇਹਨਾਂ ਹੋਰ ਚਾਰਾ ਲਵਣ ਜਾਣ ਲੱਗਿਆਂਗਾ। ਪੂਰੀ ਗਡੋਰੀ ਬਣਨੀ ਜਿਤਨਾ ਇੱਕ ਅੱਗੇ ਲੈ ਆਉਂਦੇ ਆ, ਬੜੀ ਸ਼ੌਕ ਨਾਲ ਖਾਂਦਾ ਹੈਗਾ। ਤੇ ਮੈਂ ਤਾਂ ਹੁਣ ਫਿਰ ਜਾਵਣ ਲੱਗਾ ਹੈਗਾ ਚਾਰਾ ਕੱਟਣ ਲਈ, ਦਮੀ ਜਾਣ ਦੀ ਮੰਜੀਆਂ ਵਗੈਰਾ ਚੱਕ ਕੇ ਨਾ, ਤੇ ਉਸ ਤੋਂ ਬਾਅਦ ਫਿਰ ਇਹ ਕੇਲਿਆਂ ਦਾ ਜੂਸ ਬਣਾਉਣ ਲੱਗੀਆਂ ਨੇ ਸੁਬਹਾ ਸੁਬਹਾ, ਕੇਲਿਆਂ ਦਾ ਮਿਲਕ ਸ਼ੇਕ ਬਣਾਉਣਗੀਆਂ, ਫਿਰ ਆ ਕੇ ਉਹ ਪੀ ਲਵਾਂਗਾ। ਹਾਲੇ ਤੱਕ ਨਾਸ਼ਤਾ ਵਗੈਰਾ ਨਹੀਂ ਕੀਤਾ, ਨਾ ਪਾਣੀ ਪੀਤਾ। ਮੈਂ ਕਿਹਾ ਪਹਿਲੇ ਚੱਲ ਕੇ ਨਾ ਸ਼ੇਰੂ ਲਈ ਚਾਰਾ ਬਣਾ ਲਿਆਈਏ। ਅਤੇ ਕੱਲ੍ਹ ਜੀ ਘਰ ਦੇ ਅੱਗੋਂ ਨਾ ਇਸ ਫਰਸ਼ ਨੂੰ ਅੱਛੀ ਤਰ੍ਹਾਂ ਧੋਤਾ ਸੀਗਾ, ਅਤੇ ਉਦੋਂ ਸੁਬਹਾ ਸੁਬਹਾ ਜਿਹੜੇ ਇਹਦੇ ਕੁਰਾਨ ਪਾਕ ਪੜ੍ਹਨ ਆਉਂਦੇ ਬੱਚੇ ਇੱਥੇ ਵਜ਼ੂ ਕਰਦੇ ਸੀਗੇ, ਅਤੇ ਅੱਜ ਨਲਕੇ ਨੂੰ ਪਤਾ ਨਹੀਂ ਕੀ ਹੋਇਆ ਪਿਆ, ਕੱਲ੍ਹ ਸਾਰੇ ਪਿੰਡ ਵਾਲਿਆਂ ਨੇ ਗੇੜਿਆ, ਅਤੇ ਮੈਨੂੰ ਲੱਗਦਾ ਸੈਕਿੰਡ ਟਾਈਮ ਕਿਸੇ ਨੇ ਇਹਦਾ ਨਾ ਗਲ ਤੋੜਤਾ। ਐਂ ਲੱਗਾ ਉਹ ਟੁੱਟਿਆ ਪਿਆ, ਕੀ ਵਜ੍ਹਾ, ਬਿਲਕੁਲ ਹੌਲਾ ਹੋਇਆ ਪਿਆ। ਦੇਖੋ ਚਲੋ ਯਾਰ ਘਰ ਜਾ ਕੇ ਵਜ਼ੂ ਕਰ ਲੈ, ਕਰਨਾ ਇੱਧਰ ਆ ਜਾ, ਮੈਂ ਮੋਟਰ ਚਲਾ ਦਿੰਦਾ। ਅਤੇ ਚਲੋ ਜੀ ਹੁਣ ਫਿਰ ਚਲੀਏ ਆਪਾਂ। ਦੇਖੋ ਹਾਲੇ ਤੱਕ ਪਿੰਡ 'ਚ ਕੋਈ ਨਹੀਂ ਬਾਹਰ ਫਿਰਦਾ ਹੈਗਾ, ਸੁਲਤਾਨ ਦੀ ਜਗ੍ਹਾ ਲੱਗ ਰਹੀ। ਉਦੋਂ ਬਾਅਦ ਕੱਲ੍ਹ ਫੱਟਾ ਇੱਥੇ ਰੱਖਿਆ ਸੀ, ਅਤੇ ਪੌੜੀ ਲਾ ਕੇ ਅਤੇ ਉਹ ਨਾਲ ਲਾਏ ਸੀ ਨਾ ਫੱਟੀਆਂ ਜਿਹੀਆਂ, ਤਾਂ ਆਪਣਾ ਫੱਟਾ ਉਵੇਂ ਹੀ ਇੱਥੇ ਪਿਆ ਹੋਇਆ। ਕੱਲ੍ਹ ਅੱਬੂ ਜਾਨ ਅਤੇ ਮੈਂ ਚੱਕ ਕੇ ਰੱਖਿਆ ਸੀ, ਉਸ ਤੋਂ ਬਾਅਦ ਅੱਬੂ ਜਾਨ ਜੀ ਉਹਨਾਂ ਨੇ ਕਮਰ ਦਾਲ ਧੋਣ ਲੱਗ ਗਈ, ਅੱਟ ਕੇ ਚੱਕ ਕੇ ਰੱਖਿਆ ਹੀ ਨਹੀਂ। ਅਲੱਗ ਪਿੰਡ ਉਹ ਸਾਰੇ ਇੱਥੇ ਇਕੱਠੇ ਸੀ, ਕਿਸੇ ਨੂੰ ਨਹੀਂ ਕਿਹਾ। ਫਿਰ ਅਸੀਂ ਅੱਗੇ ਤੱਕ ਦੇਖੋ ਸੀ, ਅਜੇ ਜੋਲ ਪਿਆ ਹੋਇਆ ਨਾ ਸੈਂਟਰ, ਇੱਥੇ ਖੰਭਾ ਹੁੰਦਾ ਸੀ, ਉਦੋਂ ਮੈਂ ਛੋਟਾ ਜਿਹਾ ਹੁੰਦਾ ਸੀ, ਉਦੋਂ ਦਾ ਟੁੱਟਿਆ, ਉਸ ਤੋਂ ਬਾਅਦ ਲਵਾਇਆ ਹੀ ਨਹੀਂ ਕਿਸੇ ਨੇ। ਅਗਰ MP MLA ਕੋਈ ਵੋਟ ਲਵਣ ਆਵੇ ਤਾਂ ਉਹਨਾਂ ਨੇ ਕਹਿੰਦੇ ਨੇ ਕਿ ਸਾਨੂੰ ਇੱਥੇ ਵਿੱਚ ਇੱਕ ਖੰਭਾ ਨਹੀਂ, ਉਹ ਲਵਾ ਕੇ ਦੇ ਦੇਣ, ਕਿ ਲਵਾ ਕੇ ਦੇ ਦੇਣ, ਕਿਸੇ ਨੂੰ ਦਰਖਾਸਤ ਵਗੈਰਾ ਦੇਵਣ ਕਿ ਖੰਭਾ ਵਗੈਰਾ ਨਹੀਂ ਸਾਡੇ ਪਿੰਡ, ਲਗਵਾ ਕੇ ਦੇ ਸਕਦੀ ਗੌਰਮੈਂਟ ਨੇ, ਲਗਵਾ ਕੇ ਦੇ ਦੇਣਾ ਹੈਗਾ, ਲੇਕਿਨ ਕੋਈ ਕਹਿੰਦਾ ਹੀ ਨਹੀਂ ਪਿੰਡਾਂ ਥਾਵਾਂ ਜ਼ਿਆਦਾਤਰ ਇਹ ਗੱਲ ਹੈ। ਚਾਹਵਾਂ ਤਾਂ ਜ਼ਮੀਂਦਾਰ ਹੀ ਬਸ ਕਹਿ ਸਕਦੇ ਨੇ, ਔਰ ਕੋਈ ਕਹਿੰਦਾ ਹੀ ਨਹੀਂ ਵਿਚਾਰੇ। ਬਾਕੀਆਂ ਦੇ ਹਾਲਾਤ ਹੀ ਕੁਛ ਇਹੋ ਜਿਹੇ ਨੇ ਕਿ ਸ਼ਹਿਰ ਜਾਵਣ ਜੋਗੇ ਉਹਨਾਂ ਕੋਲ ਪੈਸੇ ਨਹੀਂ ਆਉਂਦੇ ਨੇਗੇ, ਤਾਂ ਵਿਚਾਰੇ ਕਿਸ ਤਰ੍ਹਾਂ ਜਾਵਣ। ਅਤੇ ਜਾ ਕੇ ਇੱਥੋਂ ਤਕਰੀਬਨ ਫੈਸਲਾਬਾਦ ਸਾਡੇ ਕੋਲ 70 ਕਿਲੋਮੀਟਰ ਬਣਦਾ, ਉੱਥੇ ਮੈਨੂੰ ਲੱਗਦਾ ਦਰਖਾਸਤ ਜਮਾਉਣੀ ਆ, ਤਾਂ ਲਿਆਉਣੀ ਜਿੱਥੇ ਵੀ ਆਉਣੀ, ਲੇਕਿਨ ਖਰਚਾ ਕਰਕੇ ਜਾਣਾ ਪੈਣਾ। ਉਹ ਵਿਚਾਰੇ ਡੇਲੀ ਮਜ਼ਦੂਰੀ ਕਰਕੇ ਲੈਂਦੇ ਨੇ, ਘਰ ਦਾ ਨਿਜ਼ਾਮ ਚਲਾਉਂਦੇ ਨੇ, ਕਿਸ ਤਰ੍ਹਾਂ ਜਾ ਸਕਦੇ ਨੇ। ਅਗਰ ਜ਼ਮੀਂਦਾਰ ਨਾਲ ਰਲਾ ਕੇ ਲੈ ਜਾਣ ਦਰਖਾਸਤ ਵਗੈਰਾ ਦਿਓ, ਤਾਂ ਫਿਰ ਸਾਰੇ ਜੀ ਇਹਨਾਂ ਰਲ ਕੇ ਪਿੰਡਾਂ 'ਤੇ ਜਾ ਸਕਦੇ ਨੇ, ਲੇਕਿਨ ਜ਼ਮੀਂਦਾਰਾਂ ਨੇ ਫਿਰ ਕੋਈ ਸੋਚਿਆ ਹੀ ਨਹੀਂ ਹੈਗਾ ਪਿੰਡ ਲਈ। ਅਤੇ ਚੱਲਣੇ ਆ ਗਏ ਅੱਗੇ, ਉਹ ਉਸ ਸਾਈਡ 'ਤੇ ਹੈਗਾ SS ਨਹੀਂ, ਉਹ ਮੱਕੀ ਖੜ੍ਹੀ ਹੈਗੀ, ਇਸ ਨਾਲ ਵੀ ਛੋਟੀ ਹੈਗੀ। ਇਹ ਤਾਂ ਨਾਲ ਨਾਲ ਉਹਨਾਂ ਨੇ ਸਗਨੀ ਸਗਨੀ ਗੱਡੀ ਹੋਈ, ਬਿਲਕੁਲ ਨਾ ਖਿਲਾਰਵੀਂ ਖਿਲਾਰਵੀਂ ਗੱਡੀ ਜੀ, ਇਹ ਤਾਂ ਸਗਨੀ ਸਗਨੀ ਹੈਗੀ ਇੱਥੇ ਨਜ਼ਰ ਆ ਰਿਹਾ। ਇਹ ਤਾਂ ਇਤਨੀ ਜਗ੍ਹਾ ਤੋਂ ਕੱਟੀ ਜਾਵੇ ਤਾਂ ਮੈਂ ਕਟੋਰੀ ਜੀ ਬੰਨ੍ਹ ਕੇ ਲਿਜਾ ਸਕਣਾ, ਹੁਣ ਇਸ ਨੂੰ 2 ਗੁਣਾ ਜਗ੍ਹਾ ਵੱਢਣੀ ਪਵੇਗੀ। ਤਾਂ ਫਿਰ ਸਮਝ ਲਓ ਉਹ ਜਿਹੜੀ ਇਹਦੇ ਨਾਲ ਡਬਲ ਹੋਵੇ ਨਾ, ਅਤੇ ਇਹਦੇ ਇਤਨੀ ਬਣੇਗੀ, ਇਤਨੀ ਉਹਨਾਂ ਨੇ ਖਿਲਾਰਵੀਂ ਖਿਲਾਰਵੀਂ ਗੱਡੀ ਵੀ ਥੋੜ੍ਹਾ ਪਾਇਆ ਹੋਇਆ ਜਾਂ ਉਹ ਗਿਆ ਥੋੜ੍ਹਾ, ਕੀ ਵਜ੍ਹਾ। ਅਤੇ ਇੱਥੋਂ ਜੀ ਆਪਾਂ ਜਿਹੜਾ ਚਾਰਾ ਵੱਢ ਕੇ ਲੈ ਜਾਣਾ, ਕੱਲ੍ਹ ਇਸ ਜਗ੍ਹਾ ਤੋਂ ਮੈਂ ਕੱਟ ਕੇ ਲੈ ਗਿਆ ਸੀ, ਇਹਨਾਂ ਅੰਕਲ ਹੋਰਾਂ ਦਾ ਹੀ ਹੈਗਾ ਹੈ, ਅਤੇ ਅੱਗੇ ਹੁਣ ਇੰਨਾ ਇੰਨਾ ਹੀ ਖੜ੍ਹਾ ਹੋਏ ਵਿੱਚ, ਕਿਧਰੇ ਛੋਟਾ ਛੋਟਾ ਹੈਗਾ ਅਤੇ ਕਿਧਰੇ ਕਿਤੇ ਆ ਵੱਡੇ ਵੱਡੇ ਨੇ। ਇਸ ਜਗ੍ਹਾ ਤੋਂ ਵੱਢ ਲੈਂਦੇ ਹਨ, ਉਹ ਫਿਰ ਅੱਗੇ ਕੁਛ ਦਿਨਾਂ ਤੱਕ ਆਹਿਸਤਾ ਆਹਿਸਤਾ ਉਹ ਵੀ ਵੱਡੇ ਹੋ ਹੀ ਜਾਣੇ ਨੇਗੇ, ਇਦੋਂ ਵੱਢਦੇ ਜਾਵਾਂਗੇ ਇੱਕ ਸਾਈਡ ਤੋਂ। ਦਰਅਸਲ ਇਹਦੇ ਥੱਲੇ ਨਾ ਵੈਸੇ ਚਾਰਾ ਸੀ, ਦੇਖੋ ਕਿਤਨਾ ਜ਼ਿਆਦਾ ਹੈਗਾ,
ਗਾਸ ਜਿਹਨੂੰ ਆਪਾਂ ਕਹਿੰਦੇ ਹਾਂ, ਗਾਸ ਥੱਲੇ ਤਾਂ ਬਹੁਤ ਜ਼ਿਆਦਾ ਉੱਗ ਰਿਹਾ ਹੈਗਾ। ਕੱਲ੍ਹ ਇਸ ਜਗ੍ਹਾ ਤੋਂ ਵੱਢਿਆ ਸੀ ਥੱਲੇ, ਦੇਖੋ ਕਿਤਨੇ ਮੁੱਢ ਗਏ ਨੇਗੇ, ਉਹ ਜਿਆਰਾ ਬੜਾ ਗਾਸ ਖੜਾ ਸੀ ਥੱਲੇ, ਮੈਂ ਤਾਂ ਇੱਥੋਂ ਵੱਢ ਕੇ ਲੈ ਗਿਆ ਹੈਗਾ। ਅਤੇ ਹੁਣ ਇਹ ਜਗ੍ਹਾ ਰਹਿ ਗਈ, ਇੱਥੋਂ ਅੱਜ ਅੱਗੇ ਨੂੰ ਹੱਥ ਲਾਉਂਦੇ ਹਾਂ ਗਏ, ਇਹ ਜਗ੍ਹਾ ਸਾਰੀ ਵੱਢ ਲੈਂਦੇ ਹਾਂ, ਵੱਡੇ ਵੱਡੇ ਵੇ ਖੜੇ ਨੇਗੇ। ਅਤੇ ਤਕਰੀਬਨ 5:30 ਵੱਜ ਰਹੇ ਨੇਗੇ, ਅਤੇ ਮਾਸ਼ਾਅੱਲਾ ਸੂਰਜ ਜਿਹੜਾ ਹੈਗਾ ਉਹ ਵੀ ਮੁਕੰਮਲ ਨਿਕਲ ਰਿਹਾ ਹੈਗਾ। ਫਾਈਨਲੀ ਜੀ ਇਤਨੀ ਜਗ੍ਹਾ ਤੋਂ ਨਾ ਸ਼ੇਰੂ ਲਈ ਚਾਰਾ ਬਣਾ ਲਿਆ ਹੈਗਾ, ਬੜਾ ਹੈਗਾ ਉਹਦੇ ਕਾਰਨ, ਦੁਪਹਿਰ ਟਾਈਮ ਇਹ ਖਾ ਲਵੇਗਾ, ਹੁਣੀ ਖਾ ਲਵੇਗਾ, ਅਤੇ ਫਿਰ ਨਾ ਸੈਕਿੰਡ ਟਾਈਮ ਇਨਸ਼ਾਅੱਲਾ ਤਾਲਾ ਆ ਕੇ ਹੋਰ ਚਾਰਾ ਬਣਾ ਕੇ ਲੈ ਜਾਵਾਂਗੇ। ਮਾਸ਼ਾਅੱਲਾ ਸੁਬਹ ਸੁਬਹ ਠੰਡਾ ਠੰਡਾ ਮੌਸਮ ਬਣਿਆ ਹੋਇਆ, ਅਗਰ ਅਸੀਂ ਡੇਲੀ ਐਵੇਂ ਕੀਤਾ ਕਰਨਾ, ਰੂਟੀਨ ਬਣਾ ਲੈਣੀ, ਫਜਰ ਦੀ ਨਮਾਜ਼ ਪੜ੍ਹ ਕੇ ਨਿਕਲ ਆਇਆ ਕਰਾਂਗਾ, ਚਾਰਾ ਬਣਾ ਕੇ ਲੈ ਕੇ ਚਲਾ ਗਿਆ ਕਰਾਂਗਾ ਠੰਡੇ ਠੰਡੇ ਟਾਈਮ ਹੀ। ਕਹਿੰਦੇ ਦੇਖੋ ਨਾ ਅੱਗੇ ਤੱਕ ਕਿੰਨਾ ਹਰਾ ਭਰਾ ਥੱਲੇ ਗਾਸ ਉੱਗ ਰਿਹਾ ਹੈਗਾ। ਇਹਨੂੰ ਅਸੀਂ ਕਹਿੰਦੇ ਹਾਂ ਪੰਜਾਬੀ 'ਚ ਇੱਟ ਸਿੱਟ, ਇਹ ਬੜੀ ਸ਼ੌਕ ਨਾਲ ਖਾਂਦੇ ਹੁੰਦੇ ਨੇ ਜਾਨਵਰ। ਅਤੇ ਇੱਥੇ ਵਿੱਚ ਆ ਚਿੱਬੜਾਂ ਦੀਆਂ ਵੱਲਾਂ ਹੀ ਨੇਗੀਆਂ, ਚਿੱਬੜ ਬੜੇ ਲੱਗੇ ਹੋਏ ਨੇਗੇ, ਮੈਂ ਅੱਗੇ ਦੇਖ ਰਿਹਾ ਸੀਗਾ, ਇੱਥੇ ਤਾਂ ਛੋਟੀਆਂ ਛੋਟੀਆਂ ਨੇ, ਇਹਨਾਂ ਕਿਧਰੇ ਕਿਧਰੇ ਲੱਗੇ ਹੋਏ, ਮੈਂ ਲੱਭ ਕੇ ਤਾਂ ਦਿਖਾਉਂਦਾ ਹੋਗਿਆ, ਕਾਫੀ ਚਿੱਬੜ ਲੱਗੇ ਹੋਏ ਨੇ ਮਾਸ਼ਾਅੱਲਾ। ਇਹ ਦੇਖੋ ਮੁੰਡਾ ਲੱਗੇ ਹੋਏ ਨੇ, ਛੋਟੇ ਛੋਟੇ ਤਰਬੂਜ਼ ਟੈਪ ਚਿੱਬੜ, ਕਿੰਨਾ ਕਿੰਨਾ ਨੂੰ ਯਾਦ ਨੇ ਅਸੀਂ ਦੱਸਣਾ ਹੈਗਾ। ਮੈਂ ਵੀ ਛੋਟਾ ਹੁੰਦਾ ਨਾ ਬੜੇ ਰੱਜ ਰੱਜ ਖਾਂਦਾ ਹੁੰਦਾ ਸੀਗਾ, ਇਹ ਹੁਣ ਜਿਵੇਂ ਵੱਡੀਆਂ ਹੋਣਗੀਆਂ ਨਾ ਇਸ ਤਰ੍ਹਾਂ ਦੇ ਗਾਸ ਵਗੈਰਾ ਜੇ ਗੱਡੇ ਹੋਣ ਉਹਨਾਂ ਨੇ, ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਆਉਂਦੇ ਹੁੰਦੇ ਨੇਗੇ ਜਿਹੜੇ ਆ ਚਾਰੇ ਗੱਡੇ ਨੇ ਨਾ, ਮਕਈ ਦਾ ਚਾਰਾ ਹੋ ਗਿਆ, ਜੁਆਰ ਦਾ, ਜੁਆਰ ਹੀ ਜ਼ਿਆਦਾ ਹੁੰਦੇ ਸੀ ਚਿੱਬੜ, ਅਤੇ ਹੁਣ ਵੱਡੇ ਵੱਡੇ ਹੋਣਗੇ। ਥੱਲੇ ਦੇਖੋ ਕਿਵੇਂ ਪਏ ਹੋਏ, ਹਾਲੇ ਤਾਂ ਕੌੜੇ ਆਉਣੇ ਨੇਗੇ, ਮਿੱਠੇ ਨਹੀਂ ਆਉਣੇ ਨੇ ਇਹਨਾਂ ਦੇ। ਅਸੀਂ ਨਮਕ ਵਗੈਰਾ ਲਾ ਕੇ ਬੜੀ ਸ਼ੌਕ ਨਾਲ ਖਾਂਦੇ ਸੀ, ਮੇਰੇ ਦੋਸਤ ਇਕੱਠੇ ਕਰਕੇ ਲੈ ਆਉਂਦੇ ਸੀ, ਤਗਾਰੀ ਬੈਗ ਖਾਂਦੇ ਹੁੰਦੇ ਸੀ। ਥੱਲੇ ਕਾਫੀ ਜਾਂਦੇ ਜਿਹੜਾ ਨਾ ਗਾਸ ਵਗੈਰਾ ਹੈਗਾ, ਇਹ ਸ਼ੇਰੂ ਬੜੀ ਸ਼ੌਕ ਨਾਲ ਖਾਂਦਾ, ਇਸ ਵਜ੍ਹਾ ਤੁਸੀਂ ਜਿਹੜਾ ਨਾ ਇਹ ਚਾਰਾ ਲਿਆ, ਹਾਲਾਂਕਿ ਇਤਨਾ ਤੁਸੀਂ ਦੇਖੋ ਖਾਸ ਉੱਗਿਆ ਹੋਇਆ ਵੀ ਨਹੀਂ ਹੈਗਾ। ਚਲੋ ਲੈ ਚੱਲੀਏ ਹੁਣ ਫਿਰ ਇਹਨਾਂ ਨੂੰ ਬੰਨ ਕੇ। ਅਤੇ ਚਲੋ ਜੀ ਹੁਣ ਫਿਰ ਚੱਲੀਏ ਘਰ, ਚੱਲ ਕੇ ਸ਼ੇਰੂ ਨੂੰ ਚਾਰਾ ਖਿਲਾਈਏ। ਬਾਕੀ ਆਇਸ਼ਾ ਕਰਦੀ ਸਾਫ਼ ਸਫਾਈ ਕਰਦੀ ਫਿਰਦੀ, ਅੰਮੀ ਜਾਨ ਜੂਸ ਬਣਾ ਰਹੀਆਂ ਨੇਗੀਆਂ, ਸ਼ੇਰੂ ਦਾ ਚਾਰਾ ਆ ਗਿਆ, ਸ਼ੇਰੂ ਖੁਸ਼ ਕਿੰਨਾ ਹੋ ਰਿਹਾ ਹੈਗਾ, ਪਹਿਲਾਂ ਇੱਥੇ ਸਿੱਟ ਲਈਏ। ਚਲੋ ਜੀ
ਕਿਉਂ ਨਹੀਂ ਫਿਰ ਸ਼ੇਰੋ ਨੂੰ ਚਾਰਾ ਪਾਉਂਦੇ ਹਾਂ, ਅਗਰ ਰਲ ਕੇ ਖਾਵੇਗਾ ਇਤਨੇ ਬੜੇ ਲੱਗੇ, ਅਗਰ ਹੋਰ ਇਹਨੇ ਖਾ ਲਏ ਪਹਿਲੇ ਵਾਲੇ ਤਾਂ ਫਿਰ ਇਹਨੂੰ ਹੋਰ ਖਵਾਵਾਂਗੇ। ਬੱਚਾ ਬੜੀ ਸ਼ੌਕ ਨਾਲ ਖਾਂਦਾ ਹੈਗਾ ਉਹ ਜਾਰਾ ਬੜਾ ਚਾਰਾ ਨਾ ਸ਼ੇਰੋ। ਅਤੇ ਚਲੋ ਹੁਣ ਇੱਕ ਵਾਰੀ ਚਾਰਾ ਖਾ ਲਵੇ, ਉਸ ਤੋਂ ਬਾਅਦ ਫਿਰ ਨਾ ਇਹਦੀ ਥੱਲੋਂ ਸਫਾਈ ਵੀ ਕਰਾਂਗੇ, ਥੱਲੇ ਬਹੁਤ ਜ਼ਿਆਦਾ ਗੰਦਗੀ ਬਣੀ ਪਈ ਹੈਗੀ। ਅਤੇ ਸ਼ੇਰੂ ਸ਼ੌਕ ਨਾਲ ਆਪਣਾ ਚਾਰਾ ਖਾ ਰਿਹਾ ਹੈਗਾ, ਅਤੇ ਮੈਂ ਚੱਲ ਕੇ ਨਾ ਖੁਦ ਜੂਸ ਪੀ ਲੈਣਾ ਆ ਗਿਆ, ਕਿਉਂਕਿ ਨਾ ਪਿਆਸ ਬਹੁਤ ਲੱਗੀ ਖੜੀ ਹੈਗੀ। ਅਤੇ ਵੈਸੇ ਵੀ ਸੁਬਹਾ ਸੁਬਹਾ ਨਾਸ਼ਤਾ ਅਸੀਂ ਕਰਦੇ ਨਹੀਂ ਆ, ਜੂਸ ਹੀ ਪੀਣਾ ਹੁੰਦਾ ਹੈਗਾ। ਠੀਕ ਹੈ ਜੀ, ਹੁਣ ਫਿਰ ਜੂਸ ਪੀਂਦੇ ਆਵਾਂਗੇ, ਅਤੇ ਉਸ ਤੋਂ ਬਾਅਦ ਦੇਖਣਾ ਹੈਗਾ ਫਿਰ ਕੀ ਕੰਮ ਕਰਨਾ ਹੈਗਾ, ਕਿਉਂਕਿ ਸੁਬਹਾ ਸੁਬਹਾ ਫਰੈਸ਼ ਫਰੈਸ਼ ਫਰੂਟ ਦਾ ਜਾਂ ਜੂਸ ਹੈ ਨਾ, ਮਜ਼ਾ ਹੀ ਆ ਜਾਂਦਾ ਹੈਗਾ। ਅਤੇ ਉਂਝ ਹੀ ਫਿਰ ਅੰਮੀ ਜਾਨ ਜੂਸ ਨਾਲ ਦਵਾਈ ਲਾਉਣ ਲੱਗੀਆਂ ਨੇਗੀਆਂ, ਦਵਾਈ ਵਗੈਰਾ ਇਹਨੇ ਲੈਂਦੀਆਂ, ਅਤੇ ਦੁਪਹਿਰ ਟਾਈਮ ਜਿਹੜਾ ਹੈਗਾ ਇਹਨਾਂ ਨੇ ਫਰੂਟ ਵਗੈਰਾ ਹੀ ਖਾਣਾ ਹੁੰਦਾ ਹੈਗਾ, ਖਾਣਾ ਵਗੈਰਾ ਅੰਮੀ ਜਾਨ ਘੱਟ ਹੀ ਖਾਂਦੀਆਂ ਨੇਗੀਆਂ। ਅਤੇ ਉਧਰੋਂ ਅੰਮੀ ਜਾਨ ਦਵਾਈ ਕਿਤਨੇ ਇੱਕ ਦਿਨਾਂ ਦੀ ਰਹਿ ਗਈ ਹੈ ਬਾਕੀ? 14 ਤਰੀਕ ਨੂੰ ਬਾਕੀ ਆ ਪਏ ਨੇ, 8 ਦਿਨਾਂ ਦੀ 10 ਦਿਨਾਂ ਦੀ ਹੈ ਪਈ ਹੈ, ਉਹੀ 10 ਦਿਨਾਂ ਦੀ ਇੱਧਰ ਵੀ ਹੋ ਗਈ, ਦਸਾਂ ਦਿਨਾਂ ਦੀ ਪਈ ਹੈ। ਚਲੋ ਓਕੇ। ਅਤੇ ਮਾਸ਼ਾਅੱਲਾ ਜੀ, ਘਰ ਦੀ ਵੀ ਅੱਛੀ ਤਰ੍ਹਾਂ ਆਇਸ਼ਾ ਨੇ ਸਾਫ਼ ਸਫਾਈ ਕਰਤੀ, ਟੈਲਾਂ ਵਗੈਰਾ ਜੀ ਇਹਨਾਂ ਨੇ ਤੱਪੜੀ ਵਗੈਰਾ ਮਾਰ ਕੇ, ਅਤੇ ਉਦੋਂ ਪਰਦੇ ਦੇਖੋ ਘਰ ਕਿਤਨੇ ਖੂਬਸੂਰਤ ਮਾਸ਼ਾਅੱਲਾ ਲੱਗ ਰਹੇ ਨੇਗੇ। ਔਰ ਜਦੋਂ ਦੀ ਵਾਇਰਿੰਗ ਹੋਈ ਇਹਨਾਂ ਅੰਦਰੋਂ ਕਮਰਿਆਂ ਦੀ, ਅੱਗੇ ਸਨੈਣ ਹੋਰੀ ਇੱਥੇ ਬਾਹਰ ਬੈਠਦੇ ਸੀਗੇ, ਹੁਣ ਅੰਦਰ ਕਮਰੇ 'ਚ ਬਹਿ ਜਾਂਦੇ ਨੇਗੇ। ਉਹਨਾਂ ਕੋਲ ਇੱਕ ਫੋਨ ਹੈ ਬੰਨਾ ਤਰੋਟਾ ਆ, ਜਿਹੜਾ ਮੇਰਾ ਸਭ ਤੋਂ ਪਹਿਲਾ ਫੋਨ ਸੀਗਾ, ਅਤੇ ਉਹਦੇ 'ਤੇ ਸਾਰੇ ਬਹਿ ਕੇ ਨਾ ਕਾਰਟੂਨ ਵਗੈਰਾ ਦੇਖਦੇ ਨੇ, ਕਹਿੰਦੇ ਨੇ ਸਾਨੂੰ LCD ਲੈ ਦਿਓ। ਮੈਂ ਕਹਿੰਦਾ ਹਾਂ ਕੋਈ ਨਹੀਂ, ਇਨਸ਼ਾਅੱਲਾ ਤਾਲਾ ਬਸ LCD ਲੈ ਲੈਂਦੇ, ਵੈਸੇ 6-7 ਹਜ਼ਾਰ ਵਾਲੀ LCD ਲਈਏ ਨਾ, ਅਤੇ ਉਹ ਖਰਾਬ ਹੋ ਜਾਣੀ। ਮੇਰਾ ਦਿਲ ਹੈਗਾ ਇੱਕ ਵਾਰੀ ਇਨਸ਼ਾਅੱਲਾ ਤਾਲਾ ਨੇ ਐਂਡਰਾਇਡ LCD ਇਹਨਾਂ ਨੂੰ ਲੈ ਕੇ ਦੇਵਾਂਗੇ, ਇਹਦੇ YouTube ਵਗੈਰਾ ਜਿਹੜਾ ਚੱਲੇਗਾ, ਬੱਚੇ ਜਿਹੜੀ ਚੀਜ਼ ਦੇਖਣੀ ਹੋਈ ਸਰਚ ਕਰਕੇ ਦੇਖ ਲਈ ਕਰਨਗੇ। ਕਿਉਂਕਿ ਜਿਹੜੀ ਦੂਸਰੀਆਂ LCDਆਂ ਨੇ ਨਾ, ਉਹਨਾਂ ਦੀ USB ਇਹ ਬਰਵਾਉਂਦੇ ਨੇਗੇ, ਤਕਰੀਬਨ 1-2 ਦਿਨ ਉਹਦੇ ਜਿਹੜਾ ਕੋਈ ਬਰਵਾਉਂਦੇ ਨੇ ਕਾਰਟੂਨ ਵਗੈਰਾ ਦੇਖ ਲੈਂਦੇ, ਦੂਸਰੇ ਤੀਸਰੇ ਦਿਨ ਬਾਅਦ ਫਿਰ ਕਹਿੰਦੇ ਨਾ ਸਾਨੂੰ USB ਬਰਵਾ ਕੇ ਲਿਆ ਦੇ, ਉਹ ਬੜੀ ਟੈਨਸ਼ਨ ਬਣਦੀ ਹੈਗੀ। ਅਗਰ ਐਂਡਰਾਇਡ LCD ਹੋਵੇ ਨਾ, ਤਾਂ ਉਹਦੇ ਬਸ ਇੰਟਰਨੈਟ ਕੁਨੈਕਟ ਕਰੋ, ਅਤੇ YouTube 'ਤੇ ਜਿਹੜੀ ਚੀਜ਼ ਇਹਨਾਂ ਨੇ ਬੱਚਿਆਂ ਨੇ ਕਾਰਟੂਨ ਵਗੈਰਾ ਸਰਚ ਕਰਕੇ ਦੇਖਣੇ, ਉਹ ਦੇਖ ਸਕਦੇ ਨੇਗੇ। ਅਤੇ ਉਦੋਂ ਨਾ ਮੈਂ ਵੀ ਆਪਣੇ ਫੋਨ ਦੀ ਆ ਪਰੇਸ਼ਾਨੀ ਦੇਖ ਕੇ ਇਹਦਾ ਇੱਕ ਗੱਲ ਕੱਢਿਆ ਹੈਗਾ, ਜਿਹੜਾ ਅਬੂ ਜਾਨ ਦਾ ਫੋਨ ਹੈ ਜਿਹਦੇ 'ਤੇ ਉਹ ਵਲੋਗ ਬਣਾਉਂਦੇ ਨੇਗੇ, ਉਹ ਮਾਸ਼ਾਅੱਲਾ ਸਾਡੇ ਪੂਰੇ ਘਰ 'ਚ ਉਹ ਹੀ ਹੈ ਇੱਕ ਫੋਨ, ਠੀਕ ਹੈਗਾ, ਕਿਉਂਕਿ ਅਬੂ ਜਾਨ ਕੋਲ ਹੈ। ਮੈਂ ਇਤਨੀ ਇਤਿਆਤ ਨਹੀਂ ਕਰਦਾ, ਤੁਹਾਨੂੰ ਪਤਾ ਮੈਂ ਕੰਮ ਵਗੈਰਾ ਕਰਨਾ ਹੁੰਦਾ, ਉਹਦੇ ਫਿਰ ਕਿਤੇ ਗਿਰ ਗੁਰ ਜਾਂਦਾ ਹੈਗਾ, ਲੇਕਿਨ ਅਬੂ ਜਾਨ ਕੋਲ ਜਦੋਂ ਦਾ ਫੋਨ ਹੈ ਕਿ ਉਹਨਾਂ 'ਤੇ ਖਰਾਸ਼ ਹੀ ਨਹੀਂ ਅਬੂ ਜਾਨ ਨੇ ਆਣ ਦਿੱਤੀ, ਉਹਨਾਂ ਨਵਾਂ ਫੋਨ ਲੈ ਕੇ ਦਿੱਤਾ ਸੀ ਉਦੋਂ, ਅਤੇ ਉਹਦਾ ਮਾਸ਼ਾਅੱਲਾ ਸੀ ਦੇਖਦੇ, ਰਿਜ਼ਲਟ ਵਗੈਰਾ ਵੀ ਅੱਛਾ ਹੁੰਦਾ ਹੈਗਾ। ਜਦੋਂ ਇਹ ਫੋਨ ਖਰਾਬ ਹੋ ਗਿਆ ਕਰੇਗਾ, ਜਿਵੇਂ ਕਿ ਅਬੂ ਜਾਨ ਨੇ ਉਸ ਦਿਨ ਵਲਾਗ ਨਾ ਬਣਾਇਆ ਅਤੇ ਉਹ ਵਿਹਲਾ ਹੋਇਆ ਫੋਨ, ਜਾਂ ਜਿਵੇਂ ਹੁਣ ਅਬੂ ਜਾਨ ਜਿਹੜੇ ਨੇਗੇ ਰੈਸਟ ਕਰ ਰਹੇ ਨੇ, ਵਲਾਗ ਨਹੀਂ ਬਣਾ ਰਹੇ ਨੇ, ਉਹਦੇ 'ਤੇ ਮੈਂ ਵਲਾਗ ਬਣਾ ਲਿਆ ਕਰਾਂਗਾ। ਇਸ ਤਰ੍ਹਾਂ ਕਰਕੇ ਅਗਰ ਗੁਜ਼ਾਰਾ ਕਰਨੇ ਆ ਕਿ ਚਲੋ ਅਬੂ ਜਾਨ ਵਾਲੇ ਫੋਨ 'ਤੇ ਵਲਾਗ ਬਣਾ ਲਿਆ ਕਰਾਂਗਾ, ਫਸਟ ਟਾਈਮ ਮੈਂ ਵਲਾਗ ਬਣਾ ਲਿਆ ਕਰਾਂਗਾ, ਸੈਕਿੰਡ ਟਾਈਮ ਉਹ ਉਹਦੇ 'ਤੇ ਵਲਾਗ ਬਣਾ ਲਿਆ ਕਰਾਂਗਾ, ਇਸੇ ਤਰ੍ਹਾਂ ਹੀ ਗੁਜ਼ਾਰਾ ਹੀ ਕਰਨਾ ਹੈਗਾ। ਅਤੇ ਫਿਰ ਇਨਸ਼ਾਅੱਲਾ ਤਾਲਾ ਜਦੋਂ ਗੁੰਜਾਇਸ਼ ਹੋਈ ਉਦੋਂ ਫਿਰ ਇੱਕ ਨਵਾਂ ਫੋਨ ਲੈ ਲਵਾਂਗੇ। ਦਿਲ ਤਾਂ ਮੇਰਾ ਸੀਗਾ ਕਿ ਚਲੋ 40-50 ਹਜ਼ਾਰ ਵਾਲਾ ਵੀ ਕਰੇ, ਮੈਂ ਨਵਾਂ ਲੈ ਲੈਂਦਾ ਨਾ, ਫੋਨ 'ਤੇ ਗੁਜ਼ਾਰਾ ਹੁੰਦਾ ਰਹਿੰਦਾ ਉਹਦੇ ਨਾਲ, ਕਿ ਜਦੋਂ ਇਹ ਥੋੜ੍ਹਾ ਮਸਲਾ ਕਰਦਾ ਫਿਰ ਉਹਦੇ 'ਤੇ ਜੇ ਨਾ ਵਲਾਗ ਬਣਾ ਲਿਆ ਕਰਦਾ। ਲੇਕਿਨ ਦੇਖਣੇ ਆ ਇਨਸ਼ਾਅੱਲਾ ਤਾਲਾ, ਹਾਲੇ ਤੱਕ ਬਜਟ ਇਤਨਾ ਨਹੀਂ ਹੈ ਨਾ ਕਿ ਅੱਜ ਤਾਂ ਸੁਬਹਾ ਸੁਬਹਾ ਇਤਨੀ ਗਰਮੀ ਨਹੀਂ, ਫਿਰ ਵੀ ਵਾਰ ਵਾਰ ਜੇ ਨਾ ਫੋਨ ਮਸਲਾ ਕਰ ਰਿਹਾ ਹੈਗਾ, ਹੀਟ ਅਪ ਹੋ ਜਾਂਦਾ, ਆਪਣੇ ਆਪ ਹੀ ਕੈਮਰਾ ਜਿਹਾ ਉਹਦਾ ਬੰਦ ਹੋ ਗਿਆ ਸੀਗਾ। ਅਤੇ ਇਹ ਅਬੂ ਜਾਨ ਵਾਲਾ ਫੋਨ ਹੈਗਾ, ਮਾਸ਼ਾਅੱਲਾ ਅਬੂ ਜਾਨ ਨੇ ਬਹੁਤ ਸਾਫ਼ ਸੁਥਰਾ ਰੱਖਿਆ ਹੋਇਆ ਹੈਗਾ, 1.5 ਸਾਲ ਹੋ ਗਏ ਨੇ ਫੋਨ ਲੈਣ ਨੂੰ,
ਤੇ ਦੇਖੋ ਇਹਨਾਂ 'ਤੇ ਕੋਈ ਖਰਾਸ਼ਾਂ ਵਗੈਰਾ ਉਹਨਾਂ ਨੇ ਨਹੀਂ ਆਉਣ ਦਿੱਤੀਆਂ ਨੇਗੀਆਂ, ਬਿਲਕੁਲ ਸਾਫ਼ ਸੁਥਰਾ ਰੱਖਿਆ। ਮੇਰੇ ਕੋਲ ਆਈਫੋਨ ਹੈਗਾ ਸੀ, ਉਹਦੀ ਹਾਲਤ ਦੇਖ ਲਓ ਤੁਸੀਂ, ਖੁਦ ਹੈਰਾਨ ਹੋ ਜਾਓ ਕਿ ਆਈਫੋਨ ਦੀ ਹਾਲਤ ਹੋ ਸਕਦੀ, ਕਿਉਂਕਿ ਫਿਰ ਮੈਂ ਤਾਂ ਕੰਮ 'ਚ ਇਸਤੇਮਾਲ ਕਰਨਾ ਹੁੰਦਾ ਹੈਗਾ, ਅਤੇ ਅਬੂ ਜਾਨ ਜਿਹੜੇ ਨੇਗੇ ਇਹਨਾਂ ਨੂੰ ਜੇਬ ਵਿੱਚ ਹੀ ਰੱਖਣਾ ਹੁੰਦਾ, ਜਾਂ ਵਲਾਗ ਵਗੈਰਾ ਕਿਤੇ ਬਣਾਉਣਾ ਹੋਵੇ ਤਾਂ ਕੰਮ ਵਗੈਰਾ 'ਤੇ ਜਦੋਂ ਵਲਾਗ ਬਣਾ ਰਹੇ ਹੋਣ ਨਾ, ਕਲਿੱਪ ਬਣਾ ਕੇ ਇਹਨਾਂ ਨੇ ਸਾਈਡ 'ਤੇ ਕਰਕੇ ਰੱਖ ਦੇਣਾ ਹੁੰਦਾ, ਮੈਂ ਜੇਬ ਪਾ ਲੈਣਾ ਹੈਗਾ। ਗੱਟਾ ਮਿੱਟੀ ਲਾ ਕੇ ਮੇਰਾ ਬੜਾ ਨਾ ਰਫ ਜਿਹਾ ਫੋਨ ਹੋਇਆ ਹੋਇਆ ਅਬੂ ਜਾਨ, ਮਾਸ਼ਾਅੱਲਾ ਫੋਨ ਜਿਹਾ ਬਿਲਕੁਲ ਸਾਫ਼ ਸੁਥਰਾ ਹੈਗਾ, ਅਤੇ ਇਹ ਹੀਟਅਪ ਵੀ ਨਹੀਂ ਹੁੰਦਾ ਜਿਸ ਤਰ੍ਹਾਂ ਕਿ ਦੂਸਰਾ ਮੇਰੇ ਵਾਲਾ ਫੋਨ ਹੋ ਜਾਂਦਾ ਨਾ। ਅਤੇ ਉਦੋਂ ਸ਼ੇਰੂ ਸਾਹਿਬ ਜਿਹੜੇ ਨੇ ਇੱਕ ਵਾਰੀ ਆਪਣਾ ਚਾਰਾ ਖਾ ਰਹੇ ਨੇ, ਖਾ ਲਵੋ ਨਾ, ਉਹ ਨਾ ਹੋਵੇ ਕਿ ਨਾਰਾਜ਼ ਨਾ ਹੋ ਜਾਣ, ਥੱਲੋਂ ਸਫਾਈ ਵਗੈਰਾ ਇੱਕ ਵਾਰੀ ਕਰੀਏ, ਡਿਸਟਰਬ ਕਰਨਾ ਨਾ ਫਿਰ ਇਹਨਾਂ ਨੂੰ, ਅਗਰ ਚਾਰਾ ਖਾ ਲੈਣ ਉਸ ਤੋਂ ਬਾਅਦ ਫਿਰ ਜੇ ਥੱਲੋਂ ਇਹਨੇ ਸਫਾਈ ਵਗੈਰਾ ਹੀ ਕਰਨੇ ਆ। ਅਤੇ ਆ ਜੀ ਰਹੀ ਸਾਡੀ ਕਿਊਟ ਕਿਊਟ ਮਾਨੋ ਅਤੇ ਛੋਟੇ ਛੋਟੇ ਇਹਦੇ ਬੇਬੀ, ਕਿਊਟ ਕਿਊਟ ਸੇ ਨੇਗੇ। ਚਲੋ ਜਿੰਨੇ ਟਾਈਮ ਤੱਕ ਸ਼ੇਰੂ ਸਾਹਿਬ ਚਾਰਾ ਚੂਰਾ ਖਾ ਰਹੇ ਨੇਗੇ, ਮੈਂ ਦੁਕਾਨ ਜਿਹੜੀ ਨਾ ਖੋਲ੍ਹ ਕੇ ਉਹਦੀ ਕੋਈ ਸੈਟਿੰਗ ਵਗੈਰਾ ਕਰ ਲੈਣਾ, ਕਿਉਂਕਿ ਉਹਦੇ ਸਫਾਈ ਵਗੈਰਾ ਵੀ ਉਹਦੀ ਕਰਨੀ ਹੈ ਜੀ। ਇੱਕ ਆ ਸ਼ੋਪ ਦੇ ਅੰਦਰ ਮੋਟਰ ਦਾ ਬੜਾ ਸ਼ੋਰ ਹੁੰਦਾ ਹੈਗਾ, ਕਿਉਂਕਿ ਨਾ ਜਿਹੜੀ ਪਰਸੋਂ ਆਉਂਦੀ ਆਈ ਸੀ ਉਹਦੀ ਵਜ੍ਹਾ ਤੋਂ ਅੰਦਰ ਬਹੁਤ ਜ਼ਿਆਦਾ ਗੱਟਾ ਮਿੱਟੀ ਚਲਾ ਗਿਆ ਹੈਗਾ ਸੀ। ਹਾਲਤ ਦੇਖੋ ਕੀ ਹੋਈ ਸੀ ਸਾਰੀਆਂ ਚੀਜ਼ਾਂ ਦੀ, ਕੱਪੜੇ ਨੇ ਐਵੇਂ ਛੱਡ ਦੇਈ, ਹੁਣ ਸੈਟਿੰਗ ਕਰਨ ਬਹਿ ਜਾਈਏ ਤਾਂ ਬਹੁਤ ਟਾਈਮ ਲੱਗੇਗਾ, ਦੇਖੋ ਕਿਤਨਾ ਗੱਟਾ ਮਿੱਟੀ ਉੱਤੇ ਐਵੇਂ ਸਾਰਾ ਹੀ ਹੈਗਾ, ਸਫਾਈ ਦੇ ਤਾਂ ਬਹੁਤ ਜ਼ਿਆਦਾ ਟਾਈਮ ਲੱਗਣਾ ਹੈਗਾ ਜੀ। ਚਲੋ ਆਪੇ ਕੋਈ ਨਾ, ਜਿਤਨਾ ਹੀ ਟਾਈਮ ਲੱਗ ਗਿਆ ਹੁਣ ਫਿਰ ਦੁਕਾਨ ਦੀ ਸਫਾਈ ਤਾਂ ਕਰਨੀ ਹੈਗੀ, ਅੱਛੀ ਤਰ੍ਹਾਂ ਨਾਲ ਇਹਦੀ ਸਫਾਈ ਕਰ ਦਿੰਦੇ ਹੈਗੇ, ਸੈਟਿੰਗ ਵਗੈਰਾ ਇਹ ਚੀਜ਼ਾਂ ਦੀ ਕਰ ਦੇਵਾਂਗੇ। ਪਹਿਲੇ ਤਾਂ ਚੱਕ ਕੇ ਸਾਈਡ 'ਤੇ ਕਰ ਦਿਉਂਦਾ, ਥੱਲੋਂ ਫੱਟਾ ਸਾਫ਼ ਕਰਨਾ ਇਹਨਾਂ ਚੀਜ਼ਾਂ ਤੋਂ ਬਾਅਦ ਛੰਡ ਕੇ ਰੱਖਾਂਗਾ ਮੈਂ। ਲਓ ਜੀ ਸੁਨੈਣ ਸਾਹਿਬ ਹੋਰਾਂ ਨੂੰ ਨਾ ਛੁੱਟੀ ਹੋ ਗਈ ਹੈਗੀ, ਸਵਾਰਾ ਪੜ ਕੇ ਆ ਗਏ ਨੇ, ਦੇਖੋ ਗਿਰਨ ਲੱਗੇ ਸੀ ਦੋਨੇ, ਬਾਕੀ ਮਹੱਲੇ ਦੇ ਬੱਚੇ ਜਾ ਰਹੇ ਨੇਗੇ। ਸਾਰੇ ਡੱਬੇ ਚੱਕ ਕੇ ਸਾਈਡ 'ਤੇ ਰੱਖਦੇ ਅਤੇ ਦੇਖੋ ਕਿਤਨੀ ਜ਼ਿਆਦਾ ਇਹਦੇ 'ਤੇ ਮਿੱਟੀ ਹੈਗੀ, ਇਸੇ ਤਰ੍ਹਾਂ ਉਹਦੇ ਸ਼ੈਲਫਾਂ 'ਚ ਮਿੱਟੀ ਗਈ ਵੀ, ਅਤੇ ਜਿਹੜੇ ਉੱਤੇ ਚੀਜ਼ਾਂ ਟੰਗੀਆਂ ਹੋਈਆਂ ਨੇ ਇਹਨਾਂ 'ਤੇ ਬਹੁਤ ਜ਼ਿਆਦਾ ਮਿੱਟੀ ਆਈ ਪਈ ਹੈਗੀ। ਆਹ ਦੇਖੋ ਸੀ ਆਂਦੀ ਆਈ ਨੇ, ਤਾਂ ਆਂਦੀ ਬਹੁਤ ਜ਼ਿਆਦਾ ਗੱਟਾ ਮਿੱਟੀ ਉੱਡ ਕੇ ਆਉਂਦਾ ਹੈਗਾ, ਅੱਛੀ ਤਰ੍ਹਾਂ ਸਫਾਈ ਕਰ ਲੈਂਦੇ ਹਾਂ। ਲਓ ਜੀ ਇਹ ਵਾਲਾ ਟੇਬਲ ਤਾਂ ਬਿਲਕੁਲ ਸਾਫ਼ ਹੋ ਗਿਆ ਹੈਗਾ, ਹੁਣ ਰਹਿ ਗਿਆ ਪਿੱਛੇ ਵਾਲੇ ਟੇਬਲ, ਆਹਿਸਤਾ ਆਹਿਸਤਾ ਉਹਨਾਂ ਜੇ ਨਾ ਸਾਰਿਆਂ ਸਫਾਈ ਮੈਂ ਕਰ ਲੈਣਾ ਹੈਗਾ, ਚੀਜ਼ਾਂ ਜੋੜ ਵੀ ਦੇਵਾਂਗਾ ਸਫਾਈ ਕਰ ਲੈਣਾ। ਅੰਮੀ ਜਾਨ ਜਿਹੜੀ ਦਵਾਈ ਲਵਾਂ ਤੋਂ ਬਾਅਦ ਰੈਸਟ ਕਰ ਰਹੀ ਨੇ, ਅਗਰ ਉਹ ਹੋ ਗਈਆਂ ਤਾਂ ਫਿਰ ਰਲ ਕੇ ਅਸੀਂ ਜਲਦੀ ਜਲਦੀ ਕੰਮ ਕਰ ਲੈਣਾ ਸੀ। ਮੈਂ ਗੈਸ ਕਹਿ ਰਿਹਾ ਸੀਗਾ ਇਕੱਲੇ ਬੰਦੇ ਦਾ ਕੰਮ ਨਹੀਂ ਨਾ, ਦੋ ਤਿੰਨ ਜਣੇ ਰਲਿਆ ਹੁਣ ਨਾ ਫਿਰ ਜਲਦੀ ਕੰਮ ਹੋ ਜਾਣਾ। ਚਲੋ ਕੋਈ ਨਾ, ਮੈਂ ਆਹਿਸਤਾ ਆਹਿਸਤਾ ਕਰ ਲੈਣਾ ਸਾਰੀ ਸਫਾਈ। ਆਹ ਦੇਖੋ ਕੱਪੜੇ ਉੱਤੇ ਥੱਲੇ ਹੋਏ ਪਏ ਨੇਗੇ ਸਾਰੇ, ਕਰੀਏ ਇੱਥੇ ਸ਼ੈਲਫ ਰੱਖਣੇ ਆ, ਥੱਲੋਂ ਜੇ ਇਹਨਾਂ ਛੰਡ ਕੇ ਪਹਿਲੇ ਜਗ੍ਹਾ ਸਾਫ਼ ਕਰੀਏ, ਉਸ ਤੋਂ ਬਾਅਦ ਫਿਰ ਦੇਖ ਰਹੇ ਹਾਂ ਬਾਕੀ ਤਾਂ। ਇੱਥੇ ਦੇਖੋ ਕਿਤਨੀ ਜ਼ਿਆਦਾ ਟੇਬਲ 'ਤੇ ਨਾ ਮਿੱਟੀ ਪਈ ਹੋਈ ਹੈਗੀ, ਸਾਰੀ ਗੇਟ ਨੂੰ ਤੁਸੀਂ ਛੰਡ ਕੇ ਲਾ ਲੈਂਦੇ ਹਾਂ, ਸ਼ੈਲਫ ਦੇਖੋ ਕਿੰਨੇ ਗੱਟੇ ਮਿੱਟੀ ਨਾਲ ਪਏ ਪਏ ਨੇ। ਇਹ ਟੇਬਲ ਹੀ ਅੱਛੀ ਤਰ੍ਹਾਂ ਸਾਫ਼ ਹੋ ਗਿਆ, ਸ਼ੈਲਫ ਵੀ ਸਾਰੇ ਸਾਫ਼ ਹੋ ਗਏ ਨੇ, ਸਮਾਨ ਦੀ ਬਾਅਦ ਸੈਟਿੰਗ ਕਰਨਾ ਪਹਿਲੇ ਅੱਛੀ ਤਰ੍ਹਾਂ ਨਾਲ, ਬਾਕੀ ਸ਼ੈਲਫ ਵੀ ਸਾਫ਼ ਕਰ ਲਵਾਂ।
ਇਹ ਜਿਵੇਂ ਸਮਾਨ ਪਿਆ ਹੈਗਾ ਉਹ ਸਮਾਨ ਨੂੰ ਛੱਡ ਦਿੰਦੇ ਹਾਂ ਗਿਆ ਜੀ, ਸਾਫ਼ ਹੋ ਜਾਵੇਗਾ, ਕਿਉਂਕਿ ਫਿਰ ਜ਼ਿਆਦਾ ਕੰਮ ਛੇੜੀਏ ਤਾਂ ਬੜਾ ਟਾਈਮ ਲੱਗ ਜਾਣਾ ਹੈਗਾ। ਹਾਲੇ ਤੱਕ ਚੂੜੀਆਂ ਨੂੰ ਉੱਤੋਂ ਸਾਫ਼ ਕਰਨਾ, ਨਾ ਗੱਟਾ ਮਿੱਟੀ ਬਹੁਤ ਜ਼ਿਆਦਾ ਪਿਆ ਹੋਇਆ। ਅਤੇ ਇਹ ਜੇ ਕੱਪੜੇ ਨੇਗੇ ਇਹ ਵੀ ਇੱਥੇ ਨਾ ਪਿੱਛੇ ਸ਼ੈਲਫ 'ਚ ਜੋੜਨੇ ਆ, ਇੱਥੇ ਜੇ ਖਿਲਾਰ ਕੇ ਨਹੀਂ ਰੱਖਣੇ ਨੇ ਉੱਤੇ ਮਿੱਟੀ ਵਗੈਰਾ ਪੈਂਦੀ, ਖਰਾਬ ਹੋ ਜਾਣਗੇ। ਇੱਥੇ ਬਸ ਚੱਕ ਕੇ ਦਿਖਾ ਉੱਤੇ ਕਰਾਂਗੇ। ਹਾਲੇ ਤੱਕ ਇਹ ਜਗ੍ਹਾ ਰਹਿ ਗਈ, ਇਹਦੀ ਅੱਛੀ ਤਰ੍ਹਾਂ ਸਫਾਈ ਕਰੀਏ ਹੁਣ। ਇਹਨਾਂ ਸ਼ੈਲਫਾਂ ਦੀ ਸਫਾਈ ਹੋ ਗਈ ਅੱਛੀ ਤਰ੍ਹਾਂ, ਸਮਾਨ ਜਿਹੜਾ ਹੈਗਾ ਇਹਨੂੰ ਸਾਫ ਕਰਕੇ ਅੱਛੀ ਤਰ੍ਹਾਂ ਲਾ ਤਾ। ਦੇਖੋ ਚੂੜੀਆਂ ਜਿਹੜੀਆਂ ਇੰਨਾ ਚਮਕ ਰਹੀਆਂ ਨੇ, ਇੱਥੇ ਪਈਆਂ ਕੱਪੜੇ ਇੱਕ ਸਾਈਡ 'ਤੇ ਰੱਖੇ ਨੇਗੇ, ਜੁੱਤੀਆਂ ਵੀ ਇੱਥੇ ਜੇ ਇਹਨਾਂ ਜੋੜ ਕੇ ਰੱਖਤੀਆਂ ਨੇਗੀਆਂ। ਬਸ ਇੱਥੇ ਸਮਾਨ ਲਾ ਰਹੇ ਹੈਗੇ ਕਾਊਂਟਰ 'ਤੇ, ਉਹ ਐ ਪਿਆ ਹੋਇਆ ਹੈਗਾ ਸਾਰੇ ਡੱਬੇ ਜਿਹਨ ਉੱਤੇ, ਇੱਥੇ ਰੱਖ ਕੇ ਫਿਰ ਛੱਡ ਲੈਂਦੇ ਹਾਂ ਮਿੱਟੀ 'ਚੋਂ ਲੈ ਜਾਵੇ ਜੀ। ਅਤੇ ਇਹ ਸਮਾਨ ਵੀ ਇੱਥੇ ਰੱਖਿਆ ਗਿਆ, ਇਹਨੂੰ ਤੁਹਾਨੂੰ ਛੱਡ ਲੈਂਦੇ ਹਾਂ ਅੱਛੀ ਤਰ੍ਹਾਂ, ਕਿਉਂਕਿ ਮਿੱਟੀ ਵਗੈਰਾ ਇਹਦੇ 'ਤੇ ਕਾਫ਼ੀ ਪਈ ਹੋਈ ਹੈ। ਅਤੇ ਮਾਸ਼ਾਅੱਲਾ ਜੀ ਇਹ ਸਾਰੀਆਂ ਚੀਜ਼ਾਂ ਜੇ ਚਮਕਣ ਲੱਗ ਗਈਆਂ, ਇਹਨਾਂ 'ਚੋਂ ਅੱਧੇ ਖਾਲੀ ਹੋ ਗਏ ਸੀ ਡੱਬੇ, ਉਹ ਥੱਲੇ ਪਏ ਹੋਏ ਨੇਗੇ, ਉਹਨਾਂ ਸਮਾਨ ਉਹਦਾ ਖਤਮ ਹੋ ਗਿਆ ਸੀ, ਫਿਰ ਮੈਂ ਚੱਕ ਕੇ ਥੱਲੇ ਸੁੱਟਤੇ ਨੇਗੇ। ਇਨਸ਼ਾਅੱਲਾ ਤਾਲਾ ਨਵਾਂ ਸਮਾਨ ਲੈ ਆਵਾਂਗੇ ਸ਼ੋਪ ਦਾ, ਨੋਟ ਜੇ ਸੇਲ ਹੋਈ ਸੀਗੀ ਉਹ ਜਮ੍ਹਾਂ ਪਈ ਹੋਈ ਹੈਗੀ। ਇਨਸ਼ਾਅੱਲਾ ਤਾਲਾ ਅੱਜ ਸੈਕਿੰਡ ਟਾਈਮ ਜਾਵਾਂਗੇ ਜਾਂ ਸੁਬਾਹ ਜਾ ਕੇ ਨਾ ਹੋਰ ਸਮਾਨ ਲੈ ਆਵਾਂਗੇ ਸ਼ੋਪ ਦਾ। ਸਫਾਈ ਮਾਸ਼ਾਅੱਲਾ ਹੋ ਗਈ ਹੈਗੀ ਹੁਣ ਦੁਕਾਨ ਦੀ, ਹੁਣ ਬਸ ਸਮਾਨ ਹੀ ਲਿਆਉਣਾ ਹੈਗਾ ਇਹਦਾ, ਉਹ ਲਿਆ ਕੇ ਇਨਸ਼ਾਅੱਲਾ ਤਾਲਾ ਫਿਰ ਸ਼ਿਫਟ ਕਰਾਂਗੇ। ਸ਼ੇਰੂ ਨੇ ਵਿਚਾਰਾ ਖਾ ਲਿਆਉਣਾ, ਚੱਲ ਕੋਈ ਥੱਲੋਂ ਸਫਾਈ ਕਰੀਏ। ਫਰੀਜ਼ਰ 'ਤੇ ਮਿੱਟੀ ਪੈ ਗਈ ਹੈਗੀ ਜੇ ਡੱਬੇ ਉੱਤੇ ਰੱਖੇ ਨੇ, ਇਹਨੂੰ ਸਾਫ਼ ਕਰ ਲਈ ਜਾਂਦਾ ਇਹਨਾਂ। ਅਤੇ ਸ਼ੋਪ ਇਸੇ ਤਰ੍ਹਾਂ ਖੁੱਲ੍ਹੀ ਰਹਿਣ ਦੇਣਾ, ਕਿਉਂਕਿ ਇੱਥੇ ਸਾਹਮਣੇ ਮੈਂ ਫਿਰਦੇ ਆਉਣਾ ਹੈਗਾ, ਥੱਲੋਂ ਸਫਾਈ ਬਸ ਕਰਨੀ, ਥੱਲੋਂ ਫਰਜ਼ ਜਿਹੜਾ ਧੋਣਾ ਹੈਗਾ। ਸ਼ੇਰੂ ਨੂੰ ਬਾਹਰ ਬਾਨੇ ਆਉਂਦੇ ਹਾਂਗੇ, ਉੱਥੇ ਜਿਹੜਾ ਇੰਨੇ ਲਾ ਵੀ ਦੇਵਾਂਗੇ। ਮਾਸ਼ਾਅੱਲਾ ਵੈਸੇ ਤਾਂ ਰੱਜ ਗਿਆ ਹੈਗਾ ਸ਼ੇਰੂ, ਫਿਰ ਵੀ ਚਾਰਾ ਖਾਈ ਜਾ ਰਿਹਾ ਕਿਉਂਕਿ ਪਸੰਦ ਹੀ ਇਹਨੂੰ ਬਹੁਤ ਹੈਗਾ। ਅੱਜ ਇਹਨੇ ਥੱਲੇ ਚਾਰਾ ਖਰਾਬ ਹੀ ਬੜਾ ਕੀਤਾ ਹੈਗਾ, ਪਹਿਲੇ ਇਸ ਤਰ੍ਹਾਂ ਨਹੀਂ ਕਰਦਾ ਸੀਗਾ, ਪਹਿਲੇ ਜਗ੍ਹਾ ਵੀ ਸਾਫ਼ ਹੁੰਦੀ ਹੈਗੀ, ਅੱਜ ਜਗ੍ਹਾ ਥੱਲੋਂ ਖਰਾਬ ਸੀ ਇਸ ਵਜ੍ਹਾ ਤੋਂ। ਅਤੇ ਚਲੋ ਜੀ ਹੁਣ ਫਿਰ ਸ਼ੇਰੂ ਨੂੰ ਬਾਹਰ ਲੈ ਚੱਲੀਏ। ਆ ਜਾ ਆ ਜਾ ਆ ਜਾ ਆ ਜਾ ਸ਼ੇਰੂ, ਬੱਬਰ ਸ਼ੇਰ ਆਰਾਮ ਨਾਲ ਜਾਂਦਾ ਹੈਗਾ, ਕਿਵੇਂ ਤੰਗ ਨਹੀਂ ਕਰਦਾ ਹੈਗਾ, ਇਹਦੀ ਖਾਸੀਅਤ ਹੈਗੀ। ਚਲੋ ਜੀ ਇੱਥੇ ਸ਼ੇਰੂ ਨੂੰ ਬੰਨ੍ਹਣੇ ਆ ਗਏ, ਅੱਜ ਤਾਂ ਇੱਥੇ ਅਨਾਰ ਵੀ ਨਹੀਂ ਹੈਗਾ, ਖੁੱਲ੍ਹਾ ਖੁੱਲ੍ਹਾ ਮਾਹੌਲ ਹੈ। ਦੇਖੋ ਜਗ੍ਹਾ ਦੇਖ ਰਿਹਾ ਹੈਗਾ ਸਾਰੀ। ਅਤੇ ਸ਼ੇਰੂ ਸਾਹਿਬ ਹੁਣ ਖੁੱਲ੍ਹੀਆਂ ਵਾਵਾਂ ਲੈਂਦੇ ਨੇਗੇ, ਅਤੇ ਮੈਂ ਚੱਲਣਾ ਚੱਲ ਕੇ ਪਹਿਲੇ ਨਾ ਉੱਥੋਂ ਅੰਦਰ ਇਹਦੇ ਕਮਰੇ 'ਚ ਸਫਾਈ ਕਰਨਾ। ਦੇਖੋ ਬੜਾ ਖੁਸ਼ ਹੁੰਦਾ ਹੈਗਾ ਜਦੋਂ ਬਾਹਰ ਆਉਂਦਾ ਹੈ ਨਾ, ਐਂ ਸ਼ੇਰੂ। ਮਾਸ਼ਾਅੱਲਾ ਸਾਡਾ ਕਿਊਟ ਕਿਊਟ ਸ਼ੇਰੂ। ਮੈਨੂੰ ਲੱਗ ਰਿਹਾ ਸ਼ੇਰੂ ਨੇ ਚਾਰਾ ਖਾਇਆ, ਇਹਨੂੰ ਪਿਆਸ ਲੱਗੀ ਹੋਣੀ ਹੈਗੀ, ਇਹਨੂੰ ਪਾਣੀ ਪਿਲਾਉਂਦੇ ਹਾਂਗੇ। ਦੇਖੋ ਮੈਨੂੰ ਸਮਝ ਲੱਗ ਗਈ ਸੀਗੀ, ਤਾਂ ਸ਼ੇਰੂ ਵਾਰ ਵਾਰ ਮੇਰੇ ਲਿਆ ਰਿਹਾ ਸੀ, ਭੱਜ ਭੱਜ ਕੇ ਆਉਂਦਾ ਗਾ। ਮੈਨੂੰ ਲੱਗ ਗਿਆ ਪਤਾ ਮੈਂ ਕਿ ਇਹਨੂੰ ਪਾਣੀ ਨਹੀਂ ਪਿਲਾਇਆ, ਚਲੋ ਇੱਥੇ ਬਾਹਰ ਹੀ ਪਿਲਾ ਦਿੰਦੇ ਹਾਂ। ਅਤੇ ਨਹਿਲਾਵਾਂਗੇ ਇਹਨੂੰ ਬਾਅਦ ਵਿੱਚ, ਕਿਉਂਕਿ ਪਹਿਲੇ ਨਾ ਜਾ ਕੇ ਉੱਥੋਂ ਅੰਦਰੋਂ ਇਹਦੇ ਰੂਮ ਦੀ ਸਫਾਈ ਕਰਨੇ ਆਗੇ, ਅਤੇ ਬਾਅਦ ਫਿਰ ਆ ਕੇ ਨਹਿਲਾਉਣਾ ਆ ਗਿਆ। ਅਤੇ ਪਹਿਲੇ ਤਾਂ ਹਟਾਈਏ ਨਾ ਫੱਟਾ ਇੱਥੋਂ,
ਕਿਉਂਕਿ ਇੱਧਰੋਂ ਹੀ ਸਾਰਾ ਜਿਹੜਾ ਨਾ ਕਚਰਾ ਵਗੈਰਾ ਪਿਆ ਮੈਂ ਚੱਕ ਕੇ ਲੈ ਜਾਵਾਂਗਾ। ਇਹ ਸੁੱਕਾ ਸੁੱਕਾ ਜਿਹੜਾ ਨਾ ਛਾਲਾ ਪਿਆ ਬਿਲਕੁਲ ਸਾਫ਼, ਇਹ ਬਾਹਰ ਜਾ ਕੇ ਸੱਟ ਜਾਣਾ, ਇਹਨੂੰ ਅੱਗ ਲਾ ਦੇਵਾਂਗਾ ਉੱਥੇ। ਅਤੇ ਇੱਥੇ ਅੰਦਰ ਜੇ ਕੋਈ ਗੋਬਰ ਵਗੈਰਾ ਪਿਆ ਸੀ ਔਰ ਕੋਈ ਕਚਰਾ ਸੀਗਾ ਉਹ ਤਾਂ ਚੱਕ ਲਿਆ ਹੈਗਾ, ਬਸ ਉਹਨੂੰ ਥੱਲੋਂ ਫਰਸ਼ ਜਿਹੜਾ ਇਹਦਾ ਵਾਸ਼ ਕਰਨਾ ਹੈਗਾ ਅੱਛੀ ਤਰ੍ਹਾਂ। ਅਤੇ ਸ਼ੇਰੂ ਸਾਹਿਬ ਜਿਹੜੇ ਉਹਨਾਂ ਨੂੰ ਬਾਹਰ ਹੀ ਮੈਂ ਚਾਰਾ ਪਾਇਆ ਹੈਗਾ, ਕਿਉਂਕਿ ਮੈਨੂੰ ਲੱਗਦਾ ਉਹਦਾ ਦਿਲ ਕਰ ਰਿਹਾ ਸੀਗਾ ਹਰਾ ਹਰਾ ਘਾਸ ਖਾਣ ਨੂੰ, ਜਿਹਦਾ ਥੱਲੇ ਘਾਸ ਹੈ ਨਾ ਉਹ ਜ਼ਿਆਦਾ ਸ਼ੌਕ ਨਾਲ ਖਾਂਦਾ, ਹੁਣ ਜਾ ਕੇ ਪਾਇਆ ਹੈਗਾ ਤਾਂ ਬੜੀ ਸ਼ੌਕ ਨਾਲ ਖਾ ਰਿਹਾ। ਆਇਸ਼ਾ ਜਿਹੜੀ ਹੈਗੀ ਕੱਪੜੇ ਦੋ ਰਹੀ, ਇਸ ਵਜ੍ਹਾ ਤੋਂ ਕਰਨਾ ਫਰਸ਼ ਵੀ ਧੋਣ ਲੱਗਿਆ, ਉਸ ਟਾਈਮ ਰੁਕ ਜਾਂਦਾ ਕਹਿ ਰਿਹਾ ਕੱਪੜੇ ਧੋਤੀ ਖੜੇ ਆ, ਦੇਖੋ ਕਿੰਨੀ ਸ਼ੌਕ ਨਾਲ ਖਾ ਰਿਹਾ ਹੈਗਾ। ਥੱਲੇ ਵਾਲ ਜਿਹਾ ਚਾਰਾ ਨੇ ਇਹਦਾ ਦਿਲ ਕਰਦਾ ਜਿੰਨਾ ਮਰਜ਼ੀ ਹੋਏ ਖਾਂਦਾ ਹੀ ਰਹਾ, ਫਿਰ ਮੈਂ ਜ਼ਿਆਦਾ ਓਵਰ ਨਹੀਂ ਖਿਲਾਉਣਾ ਹੈਗਾ ਕਿਉਂਕਿ ਜਾਨਵਰਾਂ ਨੂੰ ਮਸਲਾ ਬਣ ਜਾਂਦਾ ਨਾ, ਕਿਉਂਕਿ ਮੈਂ ਜਿਹਨਾਂ ਕੋਲ ਲੈ ਕੇ ਆਇਆ ਸੀ ਉਹਨਾਂ ਨੇ ਮੈਨੂੰ ਕਿਹਾ ਸੀ ਜਾਨਵਰ ਜਿਹੜੇ ਨੇ ਜੇ ਕੋਈ ਫੇਵਰੇਟ ਚੀਜ਼ ਹੋਏ ਨੇ ਤਾਂ ਸੋਚੇ ਸਮਝੇ ਬਗੈਰ ਖਾਂਦੇ ਹੀ ਰਹਿੰਦੇ ਨੇਗੇ, ਲੇਕਿਨ ਇਹਨਾਂ ਨੂੰ ਤੁਸੀਂ ਹਿਸਾਬ ਦਾ ਹੀ ਜਿਹੜਾ ਖਾਣ ਪੀਣ ਦੇਣਾ ਹੈਗਾ, ਉਹ ਨਾਲ ਜ਼ਿਆਦਾ ਓਵਰ ਖਿਲਾ ਦਿਉ ਅਤੇ ਫਿਰ ਜੇ ਇਹਨਾਂ ਨੂੰ ਬੜਾ ਮਸਲਾ ਬਣ ਜਾਂਦਾ, ਪੇਟ ਖਰਾਬ ਇਹਨਾਂ ਹੋ ਜਾਂਦਾ। ਚਲੋ ਜੀ ਹੁਣ ਫਿਰ ਫਰਸ਼ ਵੀ ਅੱਛੀ ਤਰ੍ਹਾਂ ਥੱਲੋਂ ਜਿਹੜਾ ਨਾ ਧੋ ਦਿੰਦੇ ਹਾਂ। ਅਗਰ ਆਇਸ਼ਾ ਕੱਪੜੇ ਨਾ ਦੋ ਰਹੀ ਹੁੰਦੀ ਤਾਂ ਹੁਣ ਤੱਕ ਮੈਂ ਇੱਥੇ ਸ਼ੇਰੂ ਨੂੰ ਲਿਆ ਕੇ ਬੰਨ ਵੀ ਦਿੱਤਾ ਹੋਣਾ ਸੀ, ਜਗ੍ਹਾ ਸਫਾਈ ਹੋ ਗਈ ਹੋਣੀ। ਚਲੋ ਕੋਈ ਨਾ, ਉਹਨੇ ਕੱਪੜੇ ਧੋਣੇ ਸੀ, ਅੱਜ ਸੁਬਹਾ ਸੁਬਹਾ ਉਹਨੇ ਬਰਤਨ ਵਗੈਰਾ ਹੀ ਧੋ ਲੈਣ, ਕੱਪੜੇ ਧੋ ਕੇ ਹੁਣ ਵਿਹਲੇ ਹੋ ਕੇ ਬਹਿ ਜਾਣਗੇ ਸਾਰੇ। ਇੱਕ ਹੀ ਫੋਨ ਹੈਗਾ ਤੁਹਾਨੂੰ ਦੱਸ ਰਿਹਾ ਸੁਬਹਾ ਸੁਬਹਾ, ਉਹ ਵੀ ਵਿਚਾਰਾ ਮਸੇ ਜਿਹਾ ਹੈਗਾ ਅਤੇ ਉਹਨੇ ਤਾਂ ਗੇਮਾਂ ਖੇਲੀ ਰੱਖਦੇ ਨੇ ਸਾਰਾ ਦਿਨ, ਕਦੀ ਕੋਈ ਕਾਰਟੂਨ ਦੇਖਣ ਬਹਿ ਜਾਂਦਾ ਅਲੱਗ ਅਲੱਗ। ਇੱਕ ਕਹਿੰਦਾ ਮੈਂ 12 ਵਜੇ ਤੱਕ ਚਲਾਉਣਾ, ਦੂਸਰਾ ਕਹਿੰਦਾ ਨਹੀਂ 1 ਵਜੇ ਤੋਂ ਬਾਅਦ ਫਿਰ ਮੈਂ ਫੋਨ ਚਲਾਉਣਾ, ਤੈਨੂੰ ਨਹੀਂ ਮਿਲਣਾ ਹੈਗਾ। ਇਸ ਤਰ੍ਹਾਂ ਉਹਨਾਂ ਨੇ ਵੰਡੇ ਹੋਇਆ ਹੈਗਾ, ਘੰਟਾ ਘੰਟਾ ਇੱਕ ਇੱਕ ਜਿਹੜਾ ਫੋਨ ਚਲਾਉਂਦੇ ਨੇਗੇ। ਲਓ ਜੀ ਸ਼ੇਰੂ ਦਾ ਰੂਮ ਜਿਹੜਾ ਹੈਗਾ ਅੰਦਰੋਂ ਅੱਛੀ ਤਰ੍ਹਾਂ ਸਾਫ਼ ਹੋ ਗਿਆ ਹੈਗਾ, ਹਾਲੀ ਤੱਕ ਇੱਥੇ ਥੋੜ੍ਹਾ ਬਹੁਤਾ ਪਾਣੀ ਖੜਾ, ਪਾਣੀ ਜਿਹੜਾ ਨਾ ਥੱਲੇ ਮਿੱਟੀ ਸਮਾ ਜਾਵੇ, ਉਸ ਤੋਂ ਬਾਅਦ ਇਹਦੇ 'ਤੇ ਨਾ ਉੱਤੇ ਰੇਤ ਸਿੱਟਣੇ ਆ, ਇਹਦੇ ਬਰਾਬਰ ਹੀ ਕਰਨੇ ਆ ਫਰਸ਼ ਦੇ, ਫਿਰ ਇੱਥੇ ਪਾਣੀ ਨਹੀਂ ਰੁਕਿਆ ਕਰੇਗਾ। ਪਾਣੀ ਤਾਂ ਕਾਫ਼ੀ ਰੁਕ ਗਿਆ ਸੀ, ਫਿਰ ਮੈਂ ਸਾਈਡਾਂ 'ਤੇ ਕਰਕੇ ਨਾ ਥੱਲੇ, ਤੁਹਾਨੂੰ ਪਤਾ ਰੋੜੀ ਹੈਗੀ, ਰੋੜੀ ਫੌਰਨ ਹੀ ਪਾਣੀ ਖਿੱਚ ਜਾਂਦੀ, ਰੋੜੀ ਦੇ ਵਿੱਚ ਪਾਣੀ ਸਿੱਟਿਆ ਹੈਗਾ ਫਿਰ ਜਾਣ ਖਿੱਚਦੀ ਥੱਲੇ, ਬਸ ਥੋੜ੍ਹਾ ਬਹੁਤ ਹੈਗਾ ਇਹ ਵੀ ਸੁੱਕ ਜਾਂਦਾ ਹੈਗਾ। ਹਾਲੀ ਤੱਕ ਜਾ ਕੇ ਸ਼ੇਰੂ ਨੂੰ ਨਹਿਲਾਉਣਾ ਹੈਗਾ, ਉਤਨੇ ਟਾਈਮ ਤੱਕ ਸੁੱਕ ਜਾਵੇਗਾ, ਫਿਰ ਇੱਥੇ ਰੇਤ ਸਿੱਟ ਕੇ ਫਿਰ ਲਿਆ ਕੇ ਇੱਥੇ ਸ਼ੇਰੂ ਨੂੰ ਬੰਨਾਂਗੇ, ਫਿਰ ਇਹਨਾਂ ਕਿ ਉਹ ਵੀ ਗੰਦਾ ਨਹੀਂ ਹੋਵੇਗਾ, ਬਾਰ ਬਾਰ ਉਹਨੂੰ ਨਹਿਲਾਉਣਾ ਪਵੇਗਾ। ਲੈ ਚੱਲਣੇ ਪੈਰ ਚੱਲ ਕੇ ਸ਼ੇਰੂ ਨੂੰ ਨਹਿਲਾ ਹੀ ਆਉਣਾ। ਚਲੋ ਜੀ ਸ਼ੇਰੂ ਸਾਹਿਬ ਤੁਸੀਂ ਤਾਂ ਠੰਡੇ ਪਾਣੀ ਨਾਲ ਨਹਾਓ, ਬਾਹਰ ਗਰਮੀ ਬੜੀ ਹੈਗੀ। ਅਤੇ ਮੈਂ ਸੁਬਹਾ ਲਾਦਾ ਸ਼ੇਰੂ ਸਾਹਿਬ ਦੀ ਖਿਦਮਤ 'ਤੇ ਮਸਰੂਫ ਆ ਗਿਆ ਅਤੇ ਮੇਰੀ ਇੱਧਰ ਧਿਆਨ ਹੀ ਨਹੀਂ ਗਿਆ, ਸਾਈਡ ਤੋਂ ਬੱਦਲ ਕਿਤਨੇ ਜ਼ਿਆਦਾ ਅਚਾਨਕ ਆ ਗਏ ਨੇ, ਕਾਲੇ ਕਾਲੇ ਬੱਦਲ ਆ ਉੱਤੇ ਆਏ ਫਿਰਦੇ ਨੇ, ਆਵਾਜ਼ਾਂ ਆ ਰਹੀਆਂ ਨੇ ਬੱਦਲ ਗੱਜਣ ਦੀਆਂ, ਕੋਈ ਪਤਾ ਨਹੀਂ ਬਾਰਿਸ਼ ਹੀ ਆ ਜਾਵੇ ਕੋਈ ਅੱਧੇ ਘੰਟੇ ਤੱਕ। ਚਲੋ ਕੋਈ ਨਾ, ਉਤਨੇ ਟਾਈਮ ਤੱਕ ਸ਼ੇਰੂ ਨੇ ਲਾ ਤਾਂ ਲਵਾਂਗੇ ਨਾ, ਬਾਅਦ ਇਹਨੂੰ ਉੱਥੇ ਬੰਨ ਦੇਵਾਂਗੇ।
ਸ਼ੇਰੂ ਸਾਹਿਬ ਤਾਂ ਨਾ ਨੂ ਕੇ ਹੁਣ ਜਿਹੜਾ ਨਾ ਬਸ ਖੜੇ ਨੇਗੇ ਸੁੱਕਣ ਲਈ ਇੱਥੇ। ਅਤੇ ਵੈਸੇ ਅੱਜ ਧੁੱਪ ਵੀ ਕੋਈ ਨਹੀਂ ਹੈਗੀ ਇੰਨੀ, ਕਿਉਂਕਿ ਬੱਦਲ ਬੱਦਲ ਜੇ ਆਣ ਗਏ ਹੋਏ ਨੇਗੇ, ਅੱਜ ਇਹਨੇ ਵੀ ਜਲਦੀ ਕੋਈ ਨਹੀਂ ਸੁੱਕਣਾ। ਅਤੇ ਬਾਹਰ ਪਾਣੀ ਵੀ ਅੱਗੇ ਛਿੜਿਆ ਕੀਤਾ ਰਸਤੇ 'ਤੇ ਗਿਆ, ਕੱਲ੍ਹ ਗੱਟਾ ਮਿੱਟੀ ਦੇ ਨਾਲ ਸੀ ਨਾ ਸਾਰਾ ਜੰਮ ਗਿਆ ਹੋਇਆ ਹੈਗਾ। ਮੈਂ ਕੁੱਤੇ ਇੱਕ ਵਾਰੀ ਹੋਰ ਚੰਗੀ ਤਰ੍ਹਾਂ ਛਿੜਕ ਤਾ ਨਾ ਤਾਂ ਫਿਰ ਨਾ ਚੰਗੀ ਤਰ੍ਹਾਂ ਜੰਮ ਜਾਵੇਗਾ। ਕੱਲ੍ਹ ਆ ਜਗ੍ਹਾ ਪਾਣੀ ਬੰਦ ਕੀਤਾ ਸੀ ਫਿਰ ਉਵੇਂ ਲੀਕ ਹੋਣ ਲੱਗ ਗਿਆ ਹੈਗਾ। ਅਤੇ ਆਪਣਾ ਫੱਟਾ ਵੀ ਉਹ ਪਿਆ ਹੈਗਾ, ਉਹ ਵੀ ਜਾਣਾ ਚੱਕ ਕੇ ਲੈ ਆਉਣਾ ਹੈਗਾ। ਤੁਹਾਨੂੰ ਦੱਸਿਆ ਸੀ ਕੱਲ੍ਹ ਉੱਥੇ ਪੌੜੀ ਲਾਈ ਸੀ ਉੱਤੇ ਤਾਰਾਂ ਚੜ੍ਹਨ ਲਈ, ਉੱਥੇ ਵਿੱਚ ਉਹ ਫਿਰ ਲਗਵਾਈਆਂ ਨਾ ਫੱਟੀਆਂ ਵਗੈਰਾ ਉਸ ਵਜ੍ਹਾ ਤੋਂ। ਚਲੋ ਕੋਈ ਨਹੀਂ, ਲੈ ਆਉਂਦੇ ਆਗੇ ਸ਼ੇਰੂ ਨੇ ਕਰੇ ਇੱਥੇ ਬਾਹਰ ਹੀ ਬੰਨੀ ਹੈ, ਬਾਅਦ ਫਿਰ ਅੰਦਰ ਛੱਡ ਕੇ ਬੰਨ ਲਵਾਂਗੇ ਜਦੋਂ ਸੁੱਕ ਗਿਆ ਹੈ ਸ਼ੇਰੂ। ਲਓ ਜੀ ਦੁੱਬ ਵੀ ਨਿਕਲ ਪਈ ਹੈਗੀ, ਹੁਣ ਸ਼ੇਰੂ ਇੱਥੇ ਖੜ੍ਹਾ ਰਹੇਗਾ। ਦੇਖੋ ਮਾਸ਼ਾਅੱਲਾ ਕਿਵੇਂ ਚਮਕ ਰਿਹਾ ਸ਼ੇਰੂ ਸਾਹਿਬ। ਹਾਲੇ ਤੱਕ ਜਦੋਂ ਸੁੱਕ ਜਾਵੇਗਾ ਨਾ ਫਿਰ ਇਹਦੇ ਵਾਲ ਜ਼ਿਆਦਾ ਚਮਕਣਗੇ, ਕਿਉਂਕਿ ਅੱਛੀ ਤਰ੍ਹਾਂ ਬੁਰਸ਼ ਨਾਲ ਰਗੜ ਰਗੜ ਕੇ ਨਵਾਇਆ ਹੈਗਾ। ਅਤੇ ਇਹ ਜਗ੍ਹਾ ਵੀ ਸੁੱਕ ਜਾਂਦੀ ਤਾਂ ਉਸ ਤੋਂ ਬਾਅਦ ਫਿਰ ਇੱਥੇ ਤੁਹਾਨੂੰ ਦੱਸਿਆ ਸੀ ਰੇਤ ਪਾ ਦੇਵਾਂਗਾ ਥੱਲੇ। ਇਨਸ਼ਾਅੱਲਾ ਤਾਲਾ ਦੇਖਦੇ ਹਾਂ ਕਿ ਜੇ ਹੁਣ ਅਗਰ ਠੀਕ ਤਰ੍ਹਾਂ ਸੁੱਕ ਜਾਂਦਾ ਠੀਕ ਹੈ, ਨਹੀਂ ਤਾਂ ਸੈਕਿੰਡ ਟਾਈਮ ਨਾ ਇੱਥੇ ਰੇਤ ਪਾ ਦੇਵਾਂਗਾ ਹਾਲਾਤ। ਅਤੇ ਉਦੋਂ ਸ਼ੇਰੂ ਸਾਹਿਬ ਦੇ ਰੂਮ ਹੈਗਾ, ਤੁਹਾਨੂੰ ਦੱਸਿਆ ਸੀ ਇਹਦੇ ਵਿੱਚ ਨਾ ਇੱਥੇ ਰੇਤ ਸਿੱਟਣੀ ਹੈਗੀ ਥੱਲੇ, ਲੇਕਿਨ ਸਿੱਟ ਲੈਣਾ ਆ ਗਿਆ ਪਹਿਲੇ ਨਾ ਇਹ ਸ਼ੇਰੂ ਜਿਹੜਾ ਉਹ ਤਾਂ ਅੱਛੀ ਤਰ੍ਹਾਂ ਸੁੱਕ ਲਵੇ ਬਾਹਰ। ਧੁੱਪ ਤਾਂ ਮਾਸ਼ਾਅੱਲਾ ਨਿਕਲੀ ਖੜੀ ਹੈਗੀ, ਅਤੇ ਇਹ ਜਗ੍ਹਾ ਨੂੰ ਥੋੜ੍ਹੀ ਹਵਾ ਵਗੈਰਾ ਲੱਗ ਜਾਂਦੀ ਹੈਗੀ, ਫਿਰ ਇਹਦੇ 'ਤੇ ਰੇਤ ਸਿੱਟ ਕੇ ਨੂੰ ਬਰਾਬਰ ਕਰ ਦੇਵਾਂਗੇ ਜਗ੍ਹਾ। ਲੇਕਿਨ ਵਲੋਗ ਜਿਹੜਾ ਹੈਗਾ ਮੈਂ ਇੱਥੇ ਹੀ ਖਤਮ ਕਰਨ ਲੱਗਿਆ। ਤੁਹਾਨੂੰ ਅੱਛਾ ਲੱਗੇ ਲਾਜ਼ਮੀ ਆਪਣੇ ਚੈਨਲ ਸਬਸਕ੍ਰਾਈਬ ਕਰਨਾ, ਵੀਡੀਓ ਨੂੰ ਲਾਈਕ ਕਰ ਲੈਣਾ, ਦੋਸਤਾਂ ਰਿਸ਼ਤੇਦਾਰਾਂ ਸ਼ੇਅਰ ਵੀ ਕਰਨਾ। ਅਤੇ ਉਦੋਂ ਜਿਹੜਾ ਨਵਾਂ ਵਲੋਗ ਹੈਗਾ ਇਨਸ਼ਾਅੱਲਾ ਤਾਲਾ ਫਿਰ ਮੈਂ ਸੈਕਿੰਡ ਟਾਈਮ ਬਣਾਵਾਂਗਾ। ਦੁਪਹਿਰ ਟਾਈਮ ਜਿਹੜਾ ਮੇਰਾ ਫੋਨ ਨਹੀਂ ਸਾਥ ਦਿੰਦਾ ਹੈਗਾ ਇਸ ਵਜ੍ਹਾ ਤੋਂ, ਅਤੇ ਸੈਕਿੰਡ ਟਾਈਮ ਕੀ ਤਾਂ ਇਸੇ ਫੋਨ 'ਤੇ ਬਣਾ ਲਓ ਵਲੋਗ, ਆਬੂ ਜਾਣ ਵਾਲੇ ਫੋਨ 'ਤੇ ਬਣਾਓ ਉਹ ਵੀ ਕੋਈ ਪਤਾ ਨਹੀਂ ਹੈਗਾ। ਅੰਮੀ ਜਾਨ ਜਿਹੜੀਆਂ ਨੇ ਦੁਪਹਿਰ ਟਾਈਮ ਰੋਟੀਆਂ ਵਗੈਰਾ ਪਕਾਉਣ ਲੱਗੀਆਂ ਨੇਗੀਆਂ। ਹਾਂ ਤਾਂ ਠੀਕ ਹੈ ਇਨਸ਼ਾਅੱਲਾ ਤਾਲਾ ਫਿਰ ਮਿਲਦੇ ਹਾਂ ਜੀ ਸੈਕਿੰਡ ਟਾਈਮ। ਅੱਲਾ ਹਾਫਿਜ਼।